कि जिहड़े मोहल्ला क्लीनिक प्रचारे गए आम आदमी पार्टी वालों बहुत वड्डे पद्धर ते दिल्ली मॉडल कह के मोहल्ला क्लीनिक प्रचारे गए, उन्हां मोहल्ला क्लीनिक दे विच धोखाधड़ी हो रही है। हर एक मिनट दे विच डॉक्टर एक मरीज वेख रहा, दिहाड़ी दे विच 300 तो वध मरीज देखे जा रहे ने। रोटी भी खानी है, चाह भी पीनी है, वो 6 घंटिया 302 मरीज देखते करण जी, 302। तुसी किसे चंगे डाक्टर नू मतलब किसे नू पुछोगे ना, जिहड़े बंदे ने असल च प्रैक्टिस कीती है उन्हें थोनू कहना है भी जिहड़े 5-6 घंटिया दे विच 50 मरीज देखने भी औखे है। जे तुसी बड़ा झाक झाक के मरीजां नू बड़ा एक माड़ी माड़ी गल करके पुछ के भी हटी जाओगे ना, तो 100 मरीज हद है। ਜਿਹੜਾ ਇੱਕ ਲੁਧਿਆਣੇ ਦੇ ਵਿੱਚ ਇੱਕ ਹੋਰ ਹੈਗਾ ਉਹਦੇ 'ਚ 225 ਮਰੀਜ਼ ਦੇਖੇ ਗਏ। ਇਸੇ ਤਰੀਕੇ ਪਟਿਆਲੇ ਦੇ ਵਿੱਚ ਵੀ ਜਿਹੜੇ ਕੁਐਸਚਨ ਉੱਠੇ ਜਿਹਦੇ 'ਚ 225 ਇਸ ਤਰੀਕੇ 50 ਰੁਪਏ ਡਾਕਟਰ ਨੂੰ ਮਿਲਦੇ ਨੇ, 12 ਰੁਪਏ ਫਾਰਮਾਸਿਸਟ ਨੂੰ ਮਿਲਦੇ ਨੇ, 10 ਰੁਪਏ ਮੈਡੀਕਲ ਹੈਲਪਰ ਨੂੰ ਮਿਲਦੇ ਨੇ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਪਰਚੀ ਦਿੱਤੀ ਜਾਂਦੀ ਹੈ ਉਹ 'ਤੇ ਜਿਹੜੀ ਦਵਾਈ ਲਿਖੀ ਜਾਂਦੀ ਹੈ ਉਹ ਦਵਾਈ ਦਾ ਜਦੋਂ ਮਰੀਜ਼ ਹੀ ਨਹੀਂ ਐਗਜਿਸਟ ਕਰਦਾ ਦਵਾਈ ਜਿਹੜੀ ਲਿਖੀ ਹੈ ਉੱਥੋਂ ਵੀ ਕਟਿੰਗ ਹੋਊਗੀ ਦਵਾਈ ਦੀ। ਉਸ ਤੋਂ ਬਾਅਦ ਜਿਹੜਾ ਟੈਸਟ ਲਿਖਿਆ ਉਹ ਵੀ ਟੈਸਟ ਇਹਦਾ ਮਤਲਬ ਹੋਏਗਾ। ਤੋਂ ਲੈ ਕੇ ਐਕਟੀਵਿਸਟ ਤੱਕ ਜੇ ਵੀ ਕੋਈ ਸਰਗਰਮ ਹੁੰਦਾ ਸਿਆਸੀ ਮੁੱਦਿਆਂ ਉੱਤੇ ਸਮਾਜਿਕ ਮੁੱਦਿਆਂ ਉੱਤੇ, ਕਈ ਵਾਰ ਉਸ ਨੂੰ ਮੁਸ਼ਕਲਾਂ ਤੋਂ ਗੁਜ਼ਰਨਾ ਪੈਂਦਾ, ਕੋਈ ਕੋਈ ਥ੍ਰੈਟਸ ਕਿਸੇ ਤਰੀਕੇ ਦੀਆਂ, ਕੋਈ ਟ੍ਰੋਲਿੰਗ, ਇਹਨਾਂ ਚੀਜ਼ਾਂ ਦਾ ਸਾਹਮਣਾ ਹੋਇਆ। ਕਰਨ ਜੀ ਜਦੋਂ ਤੁਸੀਂ ਸੱਤਾ ਤੱਕ ਨਾਲ ਦੇਖੋ, ਸੱਤਾ ਤੱਕ ਨੂੰ ਸਵਾਲ ਜਵਾਬ ਕਰੋਗੇ, ਚੀਜ਼ਾਂ ਤੇ ਬੜੀਆਂ ਸੁਭਾਵਿਕ ਹੁੰਦੀਆਂ ਨੇ, ਟ੍ਰੋਲਿੰਗ, ਕਿਸੇ ਦੇ ਫੋਨ ਆਣੇ, ਉਹਨਾਂ ਨੇ ਫੋਨ ਕਰਾਣੇ ਆਏ ਆ, ਤੁਹਾਨੂੰ ਫੋਨ ਆਏ ਆ, ਕਿਸੇ ਦੇ ਫੋਨ ਆਏ ਆ, ਟਿੱਪਣੀ ਕੀਤੀ ਸੀ ਕਿ ਇੱਥੇ ਤਾਂ ਡੰਗਰ ਘੁੰਮਦੇ ਸੀ, ਇੱਥੇ ਤਾਂ ਰੂੜੀਆਂ ਬਣ ਗਈਆਂ ਸੀ, ਅਸੀਂ ਜੇਕਰ ਉਹਨਾਂ ਨੂੰ ਰੰਗ ਕਰਾ ਕੇ ਨਵੇਂ ਸਿਰੋਂ ਸ਼ੁਰੂ ਕਰ ਦਿੱਤਾ ਤਾਂ ਇਹ ਚੰਗੀ ਗੱਲ ਹੈ। ਦੇਖੋ ਭਗਵੰਤ ਮਾਨ ਜੀ ਹੈਗੇ ਕਮੇਡੀਅਨ, ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਕਮੇਡੀ ਸੁੱਤੀ ਹੈ, ਪਰ ਇਹ ਇੱਕ ਬੜਾ ਸੀਰੀਅਸ ਮੈਟਰ ਹੈਗਾ। ਪਰ ਇਹ ਅਪਗ੍ਰੇਡ ਕਰਨ ਦੀ ਥਾਂ ਤੇ ਡੀਗ੍ਰੇਡ ਹੋ ਗਿਆ ਨਾ। ਤੁਸੀਂ ਇੱਕ ਹਸਪੀਟਲ ਦੀ ਥਾਂ ਤੇ ਉੱਥੇ ਸਾਰੇ ਡਾਕਟਰ ਹਟਾਤੇ ਪਿੰਡ 'ਚੋਂ, ਇੱਕ ਡਾਕਟਰ ਲਾ ਦਿੱਤਾ ਉਹ ਵੀ ਕੰਟਰੈਕਟ ਵਾਲਾ ਜਿਹੜਾ 50 ਰੁਪਏ ਮਰੀਜ਼ ਦੇ ਹਿਸਾਬ ਨਾਲ ਦੇਖਦਾ, ਛੋਟੇ ਮੋਟੇ ਇਲਾਜ ਹੈਗੇ ਜਿਹੜੇ ਕਰਦੇ ਨੇ, ਬਾਕੀ ਸਾਰਾ ਲੋਡ ਸਿਵਲ ਹਸਪਤਾਲਾਂ ਤੇ ਪੈ ਗਿਆ। ਸਿਵਲ ਹਸਪਤਾਲਾਂ 'ਚ ਨੂੰ ਪੈਰ ਰੱਖਣ ਨੂੰ ਜਾਣੀ ਮਾਨਸਾ ਦੇ ਲਵੇ ਇੱਕ ਫਫੜੇ ਭਾਈ ਕੇ TSC ਬਣਿਆ ਹੋਇਆ ਤੇ ਉਹਦੇ 'ਚ ਲਗਭਗ 15-20 ਦਾ ਸਟਾਫ ਸੀ, ਜਿਹਦੇ 'ਚ ਲਗਭਗ 6 ਡਾਕਟਰ ਸੀਗੇ, ਡੈਂਟਲ ਤੋਂ ਲੈ ਕੇ ਡੈਂਟਲ ਡਾਕਟਰ ਤੋਂ ਲੈ ਕੇ ਆਪਣਾ ਔਰਥੋ ਦਾ ਤੇ ਹੋਰ ਵੀ ਮੈਡੀਸਨ ਦੇ ਡਾਕਟਰ ਦੇ ਨਾਲ ਨਰਸਾਂ ਹੋ ਗਈਆਂ, ਹੈਲਪਿੰਗ ਸਟਾਫ ਹੋ ਗਿਆ, ਉਹ ਸਾਰਾ ਸਟਾਫ ਸੀ ਉਹ ਸਾਰਾ ਬੰਦ ਕਰਕੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਬਣਾ ਦਿੱਤਾ, ਜਿਹਦੇ 'ਚ ਸਿਰਫ ਇੱਕ ਡਾਕਟਰ ਆਉਂਦਾ ਹੈ ਕੰਟਰੈਕਟ ਵਾਲਾ ਤੇ ਉਹ ਵੀ 2 ਵਜੇ ਚਲਾ ਜਾਂਦਾ, ਕਦੇ 1 ਵਜੇ ਚਲਾ ਜਾਂਦਾ। ਤੇ ਅੱਜ ਮੀਤ ਹੇਰ ਹੋਣਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਜੇ ਅਜਿਹਾ ਹੋਇਆ, ਜੇ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਆ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਵਪਾਰੀ ਦੇ ਇਹ ਜਿਹੜੀ ਗੱਲ ਹੈਗੀ ਕੀਤੀ ਹੈ, ਬਾਹਰ ਕੇ ਮੈਨੂੰ ਤੰਗ ਕਰਦੇ ਆ ਇਹ, ਤੇ ਉਹਨੇ ਇਹ ਖੁਦ ਹੀ ਇਹ ਇੰਸੀਡੈਂਟ ਜਿਹੜਾ ਹੈਗਾ ਬਿਆਨ ਕੀਤਾ ਵਪਾਰੀ ਨੇ ਕਿ ਇਹਨਾਂ ਨੇ ਜਿਹੜਾ ਸਾਹਮਣੇ ਕੁਲਚਾ ਲੈਣਾ, ਕੁਲਚਾ ਲੈਣ ਤੋਂ ਕੁਲਚੇ ਮੰਗਾਏ ਤੇ ਕਮਰੇ ਦੇ ਵਿੱਚ ਬਹਿ ਕੇ, ਤੇ ਉਸ ਤੋਂ ਬਾਅਦ ਕਮਰੇ ਦਾ ਕਿਰਾਇਆ ਮੰਗਣ ਤੇ ਇਹ ਤਿੜ ਗਏ, ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਕਾਰਵਾਈਆਂ, ਫਲਾਣੇ ਨੋਟਿਸ, ਜਿੰਨੇ ਵੀ ਮਤਲਬ ਡਿਪਾਰਟਮੈਂਟ ਲੱਗਦੇ ਹੁੰਦੇ ਆ ਹੋਟਲ ਨੂੰ, ਤੇ ਸਾਰਿਆਂ ਤੋਂ ਨੋਟਿਸ ਕਢਾ ਦਿੱਤੇ ਵੱਖ ਵੱਖ ਤਰ੍ਹਾਂ ਦੇ। ਇਹ ਹੋਈ ਹੈ ਤਾਂ ਹੀ ਕੋਈ ਕਹਿੰਦਾ ਕੋਈ ਵਪਾਰੀ ਪਾਗਲ ਤੇ ਹੁੰਦਾ ਨੀ ਕਿ ਉਹਨੇ ਚੱਕ ਕੇ ਇੱਦਾਂ, ਜਿਹੜਾ ਖਾਸ ਕਰਕੇ ਇੱਦਾਂ ਹੋਟਲ ਦੇ ਬਿਜ਼ਨਸ ਚੱਲਦਾ ਉਹ ਮੰਤਰੀਆਂ ਦੇ ਕਿਵੇਂ ਮਤਲਬ ਉਂਗਲ ਚੱਕ ਦੂਗਾ ਆਪਣਾ, ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ। ਮੀਤ ਹੇਰ ਕਹਿੰਦੇ ਕੁਲਚੇ ਵਾਲਿਆਂ ਨੂੰ ਜਾ ਕੇ ਪੁੱਛੋ, ਅਸੀਂ ਤਾਂ ਉਹਨਾਂ ਦੇ ਉੱਥੇ ਦੁਕਾਨ ਤੇ ਬਹਿ ਕੇ ਕੁਲਚੇ ਖਾਧੇ, ਅਸੀਂ ਹੋਟਲ 'ਚ ਗਏ ਹੀ ਨਹੀਂ। ਦੇਖੋ ਜੀ ਕਿਤੇ ਜਾਂਚ ਤਾਂ ਇਹਦੀ ਹੁਣ ਹੋਣੀ ਬਣਦੀ ਹੈ, ਪਰ ਸਰਕਾਰ ਦਾ ਪ੍ਰੈਸ਼ਰ ਵੀ ਵਪਾਰੀਆਂ ਤੇ ਛੇਤੀ ਪੈ ਜਾਂਦਾ, ਕੁਲਚੇ ਵਾਲੇ ਤੇ ਵੀ ਪੈ ਸਕਦਾ ਤੇ ਦੁਬਾਰਾ ਹੋਟਲ ਵਾਲੇ ਤੇ ਵੀ ਪੈ ਸਕਦਾ। ਪਰ ਮੈਂ ਸਮਝਦਾ ਵੀ ਜੇ ਕਿਤੇ ਨਾ ਕਿਤੇ ਹੋਟਲ ਵਾਲੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਕਿਤੇ ਨਾ ਕਿਤੇ ਸੱਚਾਈ ਹੈਗੀ ਹੈ, ਕਿਤੇ ਝੂਠ ਹੈ ਨਹੀਂ, ਮੈਨੂੰ ਲੱਗਦਾ। ਇਹਨਾਂ ਦੇ ਹਰਿਆਣੇ ਵਾਲੇ ਪਾਣੀ ਮੰਗੀ ਹੈ ਤੇ ਦਿੱਲੀ ਵਾਲੇ ਕਹਿੰਦੇ ਦੋਨਾਂ ਕੋਲ ਪਾਣੀ ਹੋਣਾ ਚਾਹੀਦਾ, ਪੰਜਾਬ ਵਾਲੇ ਕਹਿੰਦੇ ਪਾਣੀ ਨਹੀਂ ਦੇਵਾਂਗੇ। ਇਸੇ ਤਰੀਕੇ ਹਰ ਇੱਕ ਤੁਸੀਂ ABCD ਮੈਨੂੰ ਕੋਈ ਰੈਂਡਮ ਮੁੱਦਾ ਦੱਸ ਦਿਓ, ਤੁਹਾਨੂੰ ਮੈਂ ਦੱਸ ਦੂੰਗਾ ਉਹਦੇ 'ਚ ਕੀ ਪ੍ਰੋਬਲਮ ਕੀ ਹੈ। ਅਦਰਵਾਈਜ਼ ਜੇ ਕੋਈ ਚੰਗਾ ਕਰਨਗੇ ਤਾਂ ਸਾਰੇ ਐਪਰੀਸ਼ੀਏਟ ਜ਼ਰੂਰ ਕਰਾਂਗੇ, ਕੋਈ ਇਹੋ ਜਿਹੀ ਕੋਈ ਇਹਨਾਂ ਨੇ ਕੋਈ ਪਰਸਨਲ ਦੁਸ਼ਮਣੀ ਥੋੜ੍ਹੀ ਹੈ। ਦੇ ਲਈ ਜਿਹੜੀ ਟੇਲਰਡ ਪਾਲਿਸੀ ਬਣਾਈ ਗਈ ਮਰੀਜ਼ ਸਿਸੋਦੀਆ ਦੇ ਘਰੇ ਬੈਠ ਕੇ, ਜਿਹਦੇ ਵਿੱਚ ਆਪਣੇ ਚੀਮਾ ਜੀ ਵੀ ਸੀਗੇ ਤੇ ਕਈ ਆਫੀਸਰ ਵੀ ਸੀਗੇ, ਤੇ ਉਹ ਜਿਹੜੀ ਇੱਕ ਪਾਲਿਸੀ ਬਣਾਈ ਗਈ ਉਹ ਟੇਲਰਡ ਪਾਲਿਸੀ ਬਣਾਈ ਗਈ। ਟੇਲਰਡ ਪਾਲਿਸੀ ਹੁੰਦੀ ਹੈ ਵੀ ਕਿਸੇ ਇੱਕ ਖਾਸ ਬੰਦੇ ਦਾ ਸਮਝ ਕੇ ਉਹਨੂੰ ਫਾਇਦਾ ਦੇ ਦੇਣਾ।
ਅਸ਼ਕਾਲ ਬ੍ਰਾਊਜ਼ਲੀ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਕਿਹਾ ਗਿਆ ਕਿ ਬਦਲਾਅ ਆਇਆ, ਪਰ ਉਸ ਬਦਲਾਅ ਦੇ ਵਿੱਚ ਵੀ ਕੀ ਕੁਝ ਹੋਰ ਬਦਲਾਅ ਆ ਸਕਦਾ ਹੈ? ਅਜਿਹੀਆਂ ਕਮੀਆਂ ਪੇਸ਼ੀਆਂ ਵਿਰੋਧੀ ਧਿਰਾਂ ਦੇ ਨਾਲ ਨਾਲ ਪੰਜਾਬ ਦੇ ਲੋਕ ਤੇ ਇੱਕ ਹੋਰ ਸ਼ਖਸੀਅਤ ਲਗਾਤਾਰ ਕੱਢਦੇ ਰਹਿੰਦੇ ਨੇ, ਜਿਨ੍ਹਾਂ ਦਾ ਨਾਂ ਹੈ ਮਾਨਿਕ ਗੋਇਲ, ਜੋ ਕਿ RTI ਐਕਟਿਵਿਸਟ ਨੇ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ। ਸਵਾਲ ਚੁੱਕੇ ਨੇ ਕਿ ਜਿਹੜੇ ਮੁਹੱਲਾ ਕਲੀਨਿਕ ਪ੍ਰਚਾਰੇ ਗਏ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਪੱਧਰ ਤੇ, ਦਿੱਲੀ ਮਾਡਲ ਕਹਿ ਕੇ ਮੁਹੱਲਾ ਕਲੀਨਿਕ ਪ੍ਰਚਾਰੇ ਗਏ, ਉਹਨਾਂ ਮੁਹੱਲਾ ਕਲੀਨਿਕ ਦੇ ਵਿੱਚ ਧੋਖਾਧੜੀ ਹੋ ਰਹੀ ਹੈ। ਹਰ ਇੱਕ ਮਿੰਟ ਦੇ ਵਿੱਚ ਡਾਕਟਰ ਇੱਕ ਮਰੀਜ਼ ਵੇਖ ਰਿਹਾ, ਦਿਹਾੜੀ ਦੇ ਵਿੱਚ 300 ਤੋਂ ਵੱਧ ਮਰੀਜ਼ ਦੇਖੇ ਜਾ ਰਹੇ ਨੇ, ਜਾਂ ਫਿਰ ਲੁੱਟ ਹੋ ਰਹੀ ਹੈ ਲੋਕਾਂ ਦੀ। ਗੱਲਬਾਤ ਸ਼ੁਰੂ ਕਰਦੇ ਆ ਬਾਈ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕਰਨ ਜੀ, ਥੈਂਕ ਯੂ। ਜਿਸ ਤਰੀਕੇ ਮੈਂ ਮਾਨਿਕ ਜੀ ਕਿਹਾ ਕਿ ਮੁਹੱਲਾ ਕਲੀਨਿਕ ਦਾ ਪ੍ਰਚਾਰ ਵੱਡਾ ਹੋਇਆ ਸੀ, ਤੁਸੀਂ ਲਗਾਤਾਰ ਜਿਹੜੇ ਸਵਾਲ ਚੁੱਕਦੇ ਰਹਿੰਦੇ ਹੋ, ਪਰ ਇਸ ਸਵਾਲ ਦੇ ਵੱਲ ਤੁਹਾਡਾ ਧਿਆਨ ਕਿਵੇਂ ਗਿਆ, ਜਾਂ ਇਹ ਸਵਾਲ ਖੜਾ ਕਿਵੇਂ ਹੋਇਆ, ਜਾਂ ਤੁਸੀਂ ਕੋਈ ਜ਼ੋਰ ਲਾ ਕੇ ਜਾਣਕਾਰੀ ਲੱਭੀ? ਕਰਨ ਜੀ, ਜਦੋਂ ਇਹ ਮੁਹੱਲਾ ਕਲੀਨਿਕ ਇਹਨਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਸੀ, ਉਦੋਂ ਤੋਂ ਹੀ ਇਹ ਮਾਡਲ ਤੇ ਅਸੀਂ ਸਵਾਲ ਚੁੱਕੇ ਹੈ, ਕਿਉਂਕਿ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਦਾ ਕੋਈ ਕੰਮ ਨਹੀਂ। ਪੰਜਾਬ ਦੇ ਕੋਲੇ ਪੂਰੇ ਇੰਡੀਆ ਦਾ ਬੈਸਟ ਇੱਕ ਸਿਹਤ ਢਾਂਚਾ ਸੀਗਾ, ਜਿਹੜਾ ਚਲੋ ਟਾਈਮ ਦੇ ਨਾਲ ਉਹਨੂੰ ਅਪਗ੍ਰੇਡ ਨਹੀਂ ਕੀਤਾ ਗਿਆ, ਉਹਦੇ 'ਚ ਨਵੇਂ ਡਾਕਟਰ ਨਹੀਂ ਪਾਏ ਗਏ, ਉਹ ਡਾਊਨ ਹੋ ਗਿਆ ਉਹ। ਪਰ ਜਿਹੜਾ ਇੱਕ ਢਾਂਚਾ ਆਪਾਂ ਕਹੀਏ ਸਿਸਟਮ ਬਣਾਇਆ ਹੋਇਆ ਸੀ ਉਹ ਪੰਜਾਬ ਦਾ, ਉਹ ਬਹੁਤ ਇੱਕ ਵੱਡਾ ਤੇ ਵਧੀਆ ਸਿਸਟਮ ਬਣਾਇਆ ਹੋਇਆ, ਜਿਹਦੇ 'ਚ ਪਿੰਡਾਂ ਦੀ ਆਬਾਦੀ ਦੇ ਹਿਸਾਬ ਨਾਲ PHC CHC ਡਿਸਪੈਂਸਰੀਆਂ ਤੇ ਸਿਵਲ ਹੋਸਪਿਟਲ ਇਸ ਤਰ੍ਹਾਂ ਦੇ, ਮਤਲਬ ਪੰਜਾਬ ਦੇ ਵਿੱਚ ਲਗਭਗ 8000 ਜਿਹੜੇ ਹੈਗੇ ਆ ਮੈਡੀਕਲ ਸੈਟਅਪ ਹੈਗੇ ਆ, ਆਪਾਂ ਜਿਹਨਾਂ ਨੂੰ ਮੈਡੀਕਲ ਇੰਸਟੀਟਿਊਸ਼ਨ ਕਹਾਂਗੇ, ਤੇ ਜਿਹਨਾਂ ਨੇ ਬੜੇ ਵੱਡੇ ਤੌਰ ਤੇ, ਜਿੱਦਾਂ ਪਿੰਡਾਂ ਦੇ ਵਿੱਚ ਕੋਈ ਡਿਲੀਵਰੀ ਹੋਣੀ ਹੈ, ਕਿਸੇ ਦੇ ਕੋਈ ਹੱਡੀ ਟੁੱਟ ਗਈ, ਕਿਸੇ ਦਾ ਕੋਈ ਇਲਾਜ ਕਰਨਾ, ਕਿਸੇ ਨੇ 2 ਦਿਨ ਐਡਮਿਟ ਹੋਣਾ, ਬੁਖਾਰ ਹੈ, ਜ਼ਿਆਦਾ ਬੁਖਾਰ ਹੈ, ਡੇਂਗੂ ਹੋ ਗਿਆ, ਇਹੋ ਜਿਹਾ ਜਿਹੜਾ ਲੋਡ ਹੁੰਦਾ ਉਹ ਡਿਸਪੈਂਸਰੀਆਂ PHC CHC ਚੱਲਦੇ ਸੀ। ਆਮ ਆਦਮੀ ਪਾਰਟੀ ਜਦੋਂ ਆਈ, ਇਹਨਾਂ ਨੇ ਜਸਟ ਇੱਕ PR ਕਰਨ ਦੇ ਵਾਸਤੇ, ਇੱਕ ਜਿਹੜੀ ਮਸ਼ਹੂਰੀ ਕਰਨ ਦੇ ਵਾਸਤੇ ਉਸ PHC CHC ਜਿਹੜੀਆਂ ਡਿਸਪੈਂਸਰੀਆਂ ਸੀ ਉਹ ਆਉਣ ਸਾਰ ਬੰਦ ਕਰ ਦਿੱਤੀਆਂ, ਜਿਹਦੇ 'ਚ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਵਿਰੋਧ ਕੀਤਾ, ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਇੱਥੇ ਮਾਨਸਾ ਦੇ ਲਵੇ ਇੱਕ ਫਾਫੜੇ ਭਾਈ ਕੇ PHC ਬਣਿਆ ਹੋਇਆ, ਤੇ ਉਹਦੇ 'ਚ ਲਗਭਗ 15-20 ਦਾ ਸਟਾਫ ਸੀ, ਜਿਹਦੇ 'ਚ ਲਗਭਗ 6 ਡਾਕਟਰ ਸੀਗੇ, ਡੈਂਟਲ ਤੋਂ ਲੈ ਕੇ ਆਪਣਾ ਔਰਥੋ ਦਾ ਤੇ ਹੋਰ ਵੀ ਮੈਡੀਸਨ ਦੇ ਡਾਕਟਰ ਦੇ ਨਾਲ ਨਰਸਾਂ ਹੋ ਗਈਆਂ, ਹੈਲਪਿੰਗ ਸਟਾਫ ਹੋ ਗਿਆ, ਉਹ ਸਾਰਾ ਸਟਾਫ ਸੀ ਉਹ ਸਾਰਾ ਬੰਦ ਕਰਕੇ ਇੱਕ ਕਮਰੇ ਦਾ ਮੁਹੱਲਾ ਕਲੀਨਿਕ ਬਣਾ ਦਿੱਤਾ, ਜਿਹਦੇ 'ਚ ਸਿਰਫ ਇੱਕ ਡਾਕਟਰ ਆਉਂਦਾ ਕੰਟਰੈਕਟ ਵਾਲਾ, ਤੇ ਉਹ ਵੀ 2 ਵਜੇ ਚਲਾ ਜਾਂਦਾ, ਕਦੇ 1 ਵਜੇ ਚਲਾ ਜਾਂਦਾ, ਤੇ ਉਹਦੇ ਕੋਲ ਵੀ ਉਹੀ ਖੰਘ ਜ਼ੁਕਾਮ ਦਵਾਈਆਂ, ਮਾੜਾ ਮੋਟਾ ਇਲਾਜ ਹੈ, ਕੋਈ ਬਾਹਲਾ ਮਤਲਬ ਉਹ ਕਰ ਨਹੀਂ ਸਕਦੇ। ਉਹਦੇ ਨਾਲ ਕੀ ਹੋਇਆ, ਜਿਹੜੇ ਸਾਡੇ ਹਸਪਤਾਲ ਬਣੇ ਹੋਏ ਸੀ, ਜਿਹਨਾਂ ਨੂੰ ਛੋਟੇ ਹਸਪਤਾਲ ਕਹਿੰਦੇ ਪਿੰਡਾਂ ਦੇ ਹਸਪਤਾਲ, ਡਿਸਪੈਂਸਰੀਆਂ, ਉਹ ਢਾਂਚਾ ਲੋੜ ਸੀਗੀ ਉਹਨੂੰ ਠੀਕ ਕਰਨ ਦੀ, ਉਹਦੇ 'ਚ ਹੋਰ ਭਰਤੀਆਂ ਕਰਨ ਦੀ, ਉਹਦੇ 'ਚ ਇਕਵਿਪਮੈਂਟ ਹੋਰ ਲਿਆਉਣ ਦੀ, ਉਹਦੇ 'ਚ ਦਵਾਈਆਂ ਹੋਰ ਲਿਆਉਣ ਦੀ। ਉਹ ਕੀ ਹੋਇਆ, ਇਹਨਾਂ ਨੇ ਬੰਦ ਕਰ ਦਿੱਤੇ ਉਹ ਬੰਦ ਕਰਕੇ ਉੱਥੇ ਇੱਕ ਟਾਈਮ ਟਪਾਊ, ਇੱਕ ਡੰਗ ਟਪਾਊ ਜਿਹੜੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ, ਤੇ ਉਹਦੇ ਵਿੱਚ ਵੀ ਜਿਹਦਾ ਕਿ ਪੰਜਾਬੀਆਂ ਨੂੰ ਕੋਈ ਲਾਭ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਪਿੰਡਾਂ ਦਾ ਉਹ ਲੋਡ ਸੀਗਾ, ਪਿੰਡਾਂ ਦਾ ਮੁਹੱਲਾ ਕਲੀਨਿਕ ਕਹਿ ਦਿੱਤਾ, ਤਾਂ ਸੀਐਮ ਮਾਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਇੱਥੇ ਤਾਂ ਡੰਗਰ ਘੁੰਮਦੇ ਸੀ, ਇੱਥੇ ਤਾਂ ਰੂੜੀਆਂ ਬਣ ਗਈਆਂ ਸੀ, ਅਸੀਂ ਜੇਕਰ ਉਹਨਾਂ ਨੂੰ ਰੰਗ ਕਰਾ ਕੇ ਨਵੇਂ ਸਿਰੋਂ ਸ਼ੁਰੂ ਕਰ ਦਿੱਤਾ ਤਾਂ ਇਹ ਚੰਗੀ ਗੱਲ ਹੈ। ਹਾਂਜੀ, ਦੇਖੋ ਭਗਵੰਤ ਮਾਨ ਜੀ ਹੈਗੇ ਕਮੇਡੀਅਨ, ਉਹਨਾਂ ਨੂੰ ਹਰੇਕ ਚੀਜ਼ ਦੇ ਵਿੱਚ ਕਮੇਡੀ ਸੁੱਤੀ ਹੈ, ਪਰ ਇਹ ਇੱਕ ਬੜਾ ਸੀਰੀਅਸ ਮੈਟਰ ਹੈਗਾ। ਇੱਕ ਜਿੱਥੇ ਮੰਨ ਲਓ ਹੋਸਪਿਟਲ ਹੈ, ਇੱਕ ਜੇ ਡਿਸਪੈਂਸਰੀ ਹੈ, ਜਿਵੇਂ ਐਗਜ਼ਾਮਪਲ ਉਹ 25000 ਆਬਾਦੀ ਦਾ ਲੋੜ ਚੱਲਦੀ ਹੈ, ਉਹਦੇ 'ਚ 4 ਜਾਂ 5 ਡਾਕਟਰ ਨੇ, ਉਹਦੇ 'ਚ ਫਾਰਮਾਸਿਸਟ ਨੇ, ਉਹਦੇ 'ਚ ਨਰਸਾਂ ਹੈਗੀਆਂ, ਉਹਦੇ 'ਚ ਜਿਹੜਾ ਹੋਰ ਜਿਹਨੂੰ ਆਪਾਂ ਸਟਾਫ, ਜਿਹੜਾ ਮੈਡੀਕਲ ਸਟਾਫ ਹੋਰ ਹੈਗਾ, ਉਹ ਜਦੋਂ ਇੱਕ ਪੂਰਾ ਹੋਸਪਿਟਲ ਵਜੋਂ ਕੰਮ ਕਰਦਾ, ਉੱਥੇ ਡਿਲੀਵਰੀਆਂ ਵੀ ਹੁੰਦੀਆਂ, ਉੱਥੇ ਲੋਕ ਐਡਮਿਟ ਵੀ ਰਹਿੰਦੇ ਆ ਰਾਤ ਨੂੰ, ਉੱਥੇ ਜੇ ਕੋਈ ਰਾਤ ਬਰਾਤੇ ਕੋਈ ਬਿਮਾਰੀ ਆ ਜੀ ਉਦੋਂ ਵੀ ਖੁੱਲਦਾ, ਤੇ ਜਦੋਂ ਕੋਈ ਡੇਂਗੂ ਹੋ ਗਿਆ, ਕਿਸੇ ਨੂੰ ਕੋਈ ਕਿਸੇ ਦੀ ਹੱਡੀ ਟੁੱਟ ਗਈ ਕਿਸੇ ਦਾ, ਉਹ ਸਾਰੇ ਇਲਾਜ ਉੱਥੇ ਹੈਗੇ ਆ। ਲੋੜ ਕੀ ਸੀਗੀ, ਜੇ ਉਹਨਾਂ ਦੇ ਵਿੱਚ ਕੋਈ ਖਰਾਬੀ ਹੈਗੀ ਸੀ, ਉਹਨਾਂ ਦੇ ਵਿੱਚ ਖਰਾਬੀਆਂ ਹੈਗੀਆਂ ਸੀ, ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਮਾੜਾ ਸੀ, ਉਹ ਬਾਹਲੇ ਚੰਗੇ ਸੀ, ਕੋਈ ਆਪਣੇ ਵੀ ਮਤਲਬ ਬਹੁਤ ਵਧੀਆ ਸੀ, ਪਰ ਜੇ ਉਹਨਾਂ ਦੇ ਵਿੱਚ ਕੋਈ ਖਰਾਬੀ ਹੈਗੀ ਸੀ ਤੇ ਉੱਥੇ ਠੀਕ ਕਰਨੇ ਸੀ, ਉਹ ਉੱਥੇ ਡਾਕਟਰ ਭਰਤੀ ਕਰਨੇ ਸੀ, ਉੱਥੇ ਜਿਹੜੀ ਦਵਾਈਆਂ ਸੀਗੀਆਂ ਉਹ ਲਿਆਉਣੀਆਂ ਸੀ, ਉੱਥੇ ਜਿਹੜੀਆਂ ਮਸ਼ੀਨਾਂ ਲਾਉਣੀਆਂ ਸੀ। ਇਹੀ ਵਾਅਦਾ ਹੋਇਆ ਸੀ ਨਾ ਕਿ ਅਸੀਂ ਹੈਲਥ ਸਿਸਟਮ ਨੂੰ ਠੀਕ ਕਰਾਂਗੇ, ਚੰਗਾ ਕਰਾਂਗੇ, ਅਪਗ੍ਰੇਡ ਕਰਾਂਗੇ, ਪਰ ਇਹ ਅਪਗ੍ਰੇਡ ਕਰਨ ਦੀ ਥਾਂ ਤੇ ਡੀਗ੍ਰੇਡ ਹੋ ਗਿਆ ਨਾ। ਤੁਸੀਂ ਇੱਕ ਹੋਸਪਿਟਲ ਦੀ ਥਾਂ ਤੇ ਉੱਥੇ ਸਾਰੇ ਡਾਕਟਰ ਹਟਾ ਦਿੱਤੇ ਪਿੰਡ 'ਚੋਂ,
ਇੱਕ ਡਾਕਟਰ ਲਾਤਾ ਉਹ ਵੀ ਕੰਟਰੈਕਟ ਵਾਲਾ ਜਿਹੜਾ 50 ਰੁਪਏ ਮਰੀਜ਼ ਦੇ ਹਿਸਾਬ ਨਾਲ ਦੇਖਦਾ ਉੱਥੇ ਇੱਕ ਫਾਰਮਾਸਿਸਟ ਬਿਠਾ ਦਿੱਤਾ ਉਹ ਵੀ ਸਿਰਫ 10 ਤੋਂ 2 ਵਜੇ ਤੱਕ 3 ਵਜੇ ਤੱਕ ਬਹਿੰਦੇ ਆ ਤੇ ਉਸ ਤੋਂ ਬਾਅਦ ਬੰਦ ਕਰਕੇ ਚਲੇ ਜਾਂਦੇ ਆ ਜੇ ਰਾਤ ਬਰਾਤੇ ਕੋਈ ਬਿਮਾਰੀ ਠਮਾਰੀ ਹੋ ਜਾਏ ਕੌਣ ਜ਼ਿੰਮੇਵਾਰ ਹੈ ਤੇ ਉਦੋਂ ਵੀ ਜਿਹੜੇ ਉਹ ਵੀ ਹੈਗੇ ਆ ਉਹਨਾਂ 'ਚ ਵੀ ਕੋਈ ਇਲਾਜ ਪੂਰੇ ਨਹੀਂ ਹੁੰਦੇ ਛੋਟੇ ਮੋਟੇ ਇਲਾਜ ਹੈਗੇ ਜਿਹੜੇ ਕਰਦੇ ਨੇ ਬਾਕੀ ਸਾਰਾ ਲੋਡ ਸਿਵਲ ਹਸਪਤਾਲਾਂ ਤੇ ਬਹਿ ਗਿਆ ਸਿਵਲ ਹਸਪਤਾਲਾਂ 'ਚ ਨੂੰ ਪੈਰ ਰੱਖਣ ਨੂੰ ਥਾਣੀ ਹੈਗੀ ਮਾਨਿਕ ਜੀ ਇਹ ਜਿਹੜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਸੀ ਮੈਂ ਉਸ ਬਾਰੇ ਸਵਾਲ ਕਰਨਾ ਚਾਹੂੰਗਾ ਕਿਸ ਥਾਂ ਤੇ ਕਿਸ ਮੁਹੱਲਾ ਕਲੀਨਿਕ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇਹਦੇ ਪਿੱਛੇ ਤੱਥ ਕੀ ਨੇ ਕੀ ਕੁਝ ਸਾਹਮਣੇ ਆਇਆ ਤੇ ਤੁਸੀਂ ਇਹ ਖੋਗ ਸ਼ੁਰੂ ਕਿਵੇਂ ਕੀਤੀ ਕੋਈ ਸ਼ਿਕਾਇਤ ਆਈ ਸੀ ਇਹਨੇ ਕਾਫੀ ਪਹਿਲਾਂ ਇੱਕ ਸਭ ਤੋਂ ਪਹਿਲਾਂ ਬਰਨਾਲੇ ਦਾ ਕੇਸ ਆਇਆ ਸੀਗਾ ਜਿਹਦੇ 'ਚ ਕਾਫੀ ਪਹਿਲਾਂ ਪਤਾ ਲੱਗਿਆ ਸੀ ਕਿ ਬਰਨਾਲੇ ਦੇ ਵਿੱਚ ਇੱਕ ਕੇਸ ਫੜਿਆ ਗਿਆ ਜਿਹਦੇ ਵਿੱਚ ਮੁਹੱਲਾ ਕਲੀਨਿਕ ਦੇ ਵਿੱਚ ਜ਼ਿਆਦਾ ਐਂਟਰੀਆਂ ਦਿਖਾਈਆਂ ਜਾਣੀਆਂ ਪਰ ਇਹਨਾਂ ਐਕਚੁਅਲ ਜਿਹੜਾ ਹੈਗਾ ਉਹ ਐਂਟਰੀਆਂ ਉਨੀਆਂ ਹੁੰਦੀਆਂ ਨਹੀਂ ਕਰਨ ਜੀ ਆਪਾਂ ਨੂੰ ਵੀ ਪਤਾ ਜਦੋਂ ਤੁਸੀਂ ਪਰ ਪਰਸਨ ਦੇ ਹਿਸਾਬ ਨਾਲ ਪੈਸੇ ਲਾਓਗੇ ਤੇ ਗੜਬੜੀ ਹੋਣੀ ਉਹਦੀ ਸ਼ੁਰੂ ਹੋ ਜਾਂਦੀ ਆ ਇੱਥੇ ਕੋਈ ਲੋਕ ਬਾਹਲੇ ਇਮਾਨਦਾਰ ਹੈ ਨਹੀਂ ਇਮਾਨਦਾਰ ਹੈਗੇ ਆ ਪਰ ਇਹੋ ਜਿਹੀ ਚੀਜ਼ਾਂ ਜਦੋਂ ਤੁਸੀਂ ਮਤਲਬ ਕਰੋਗੇ ਤੇ ਇਹ ਹੋਣਾ ਸੁਭਾਵਿਕ ਹੈ ਤੇ ਉਸ ਤੋਂ ਬਾਅਦ ਹੌਲੀ ਹੌਲੀ ਪਤਾ ਲੱਗਿਆ ਤੇ ਜਿਹੜੀ ਇਹ ਜਾਣਕਾਰੀ ਇਹ ਇੰਟਰਨਲ ਸੋਰਸ ਤੋਂ ਮਿਲੀ ਜਾਣਕਾਰੀ ਆ ਵੈਰੀਫਾਈਡ ਜਾਣਕਾਰੀ ਹੈ ਕੋਈ ਏਦਾਂ ਨਹੀਂ ਆਪਾਂ ਕਹਿ ਸਕਦੇ ਜਿਹੜਾ ਖੰਨੇ ਦਾ ਜਿਹੜਾ ਹਸਪੀਟਲ ਹੈਗਾ ਖੰਨੇ ਦਾ ਜਿਹੜਾ ਮੁਹੱਲਾ ਕਲੀਨਿਕ ਹੈ ਉਹਦੇ ਵਿੱਚ 6 ਘੰਟਿਆਂ ਦਾ ਟਾਈਮ ਹੁੰਦਾ ਜੀ ਇਹ ਮਤਲਬ ਸਵੇਰ ਤੋਂ ਲੈ ਕੇ ਆਪਣੇ 3 ਵਜੇ ਤੱਕ 6 ਘੰਟਿਆਂ ਦਾ ਪੂਰਾ ਟਾਈਮ ਹੁੰਦਾ ਹੈਗਾ 9 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਮੁਹੱਲਾ ਕਲੀਨਿਕ ਦਾ 9 ਜਿਹਦੇ ਵਿੱਚ ਤੁਸੀਂ 2 ਚਾਹ ਦੇ ਬ੍ਰੇਕ ਵੀ ਹੁੰਦੇ ਨੇ ਇੱਕ ਲੰਚ ਬ੍ਰੇਕ ਵੀ ਹੁੰਦਾ ਹੈ ਤੇ ਜਿਹਦੇ ਤੁਸੀਂ ਆਉਣ ਜਾਣ ਵੇਲੇ ਆਪਾਂ ਨੂੰ ਵੀ ਪਤਾ ਵੀ ਡਾਕਟਰ ਕਿੰਨੇ ਕੁ ਪੰਕਚੁਅਲ ਲੱਗੇ ਵੀ ਸਵੇਰੇ 9 ਵਜੇ ਤੱਕ ਆ ਕੇ ਕੋਈ ਬਹਿੰਦਾ ਨਹੀਂ ਜਾਂ ਕੋਈ 3 ਵਜੇ ਤੱਕ ਬਹਿੰਦਾ ਨਹੀਂ ਆਪਾਂ ਲਾ ਲਓ ਵੀ ਚਲੋ 6 ਘੰਟੇ ਹੈ ਜਿਹਦੇ 'ਚ ਰੋਟੀ ਖਾਣੀ ਚਾਹ ਵੀ ਪੀਣੀ ਹੈ ਉਹ 6 ਘੰਟਿਆਂ ਦੇ ਵਿੱਚ 302 ਮਰੀਜ਼ ਦੇਖਤੇ ਕਰਨ ਜੀ 302 ਤੁਸੀਂ ਕਿਸੇ ਚੰਗੇ ਡਾਕਟਰ ਨੂੰ ਮਤਲਬ ਕਿਸੇ ਨੂੰ ਪੁੱਛੋਗੇ ਨਾ ਜਿਹੜੇ ਬੰਦੇ ਨੇ ਅਸਲ 'ਚ ਪ੍ਰੈਕਟਿਸ ਕੀਤੀ ਹੈ ਉਹਨੇ ਤੁਹਾਨੂੰ ਕਹਿਣਾ ਵੀ ਇਹ ਜਿਹੜੇ 5-6 ਘੰਟਿਆਂ ਦੇ ਵਿੱਚ 50 ਮਰੀਜ਼ ਦੇਖਣੇ ਵੀ ਔਖੇ ਆ ਜੇ ਤੁਸੀਂ ਬੜਾ ਝਾਕ ਝਾਕ ਕੇ ਮਰੀਜ਼ਾਂ ਨੂੰ ਬੜਾ ਇੱਕ ਮਾੜੀ ਮਾੜੀ ਗੱਲ ਕਰਕੇ ਪੁੱਛ ਕੇ ਵੀ ਹਟੀ ਜਾਓਗੇ ਨਾ ਤਾਂ 100 ਮਰੀਜ਼ ਹੱਦ ਹੈ 100 ਮਰੀਜ਼ ਦੇਖ ਕੇ ਵੀ ਡਾਕਟਰ ਨੇ ਇੱਕ ਤਰੀਕੇ ਨਾਲ ਡਰੇਨ ਹੋ ਜਾਣਾ ਮਤਲਬ ਆਪਾਂ ਕਹਿੰਦੇ ਨੇ ਵੀ ਦੇਸੀ ਭਾਸ਼ਾ 'ਚ ਵੀ ਪਾਗਲ ਹੋ ਜਾਣਾ 100 ਮਰੀਜ਼ ਦੇਖ ਕੇ ਜੀ ਉਦੋਂ ਬਾਅਦ ਕੰਮ ਕਰਨ ਜੋਗਾ ਨਹੀਂ ਰਹਿਣਾ ਉਹ ਅਰੈਸਟ ਚਾਹੀਦੀ ਆ ਉਹਨੂੰ ਉਸ ਤੋਂ ਬਾਅਦ ਤੇ ਤੁਸੀਂ ਦੇਖੋ ਵੀ ਜਿਹੜੀ ਆਪਾਂ ਜਿਹੜੇ ਡਾਕਟਰ ਕਹਿੰਦੇ ਵੀ 50-60 ਮਰੀਜ਼ ਦੇਖ ਕੇ ਜਾ ਸਕਦੇ ਆ ਬੜੀ ਮੁਸ਼ਕਲ ਨਾਲ ਇੰਨੇ ਟਾਈਮ ਦੇ ਵਿੱਚ ਉਸ ਤੋਂ 5-6 ਗੁਣਾ ਇਹ ਕਲੇਮ ਕਰਦੇ ਪਏ ਕਿ ਅਸੀਂ ਦੇਖ ਦਿੱਤੇ ਤੇ ਇੰਨੀ ਪੋਸੀਬਿਲਿਟੀ ਕਿਵੇਂ ਹੈਗੀ ਹੈ ਕਰਨ ਜੀ ਇਸੇ ਤਰੀਕੇ ਜਿਹੜਾ ਇੱਕ ਲੁਧਿਆਣੇ ਦੇ ਵਿੱਚ ਇੱਕ ਹੋਰ ਹੈਗਾ ਉਹਦੇ 'ਚ 225 ਮਰੀਜ਼ ਦੇਖੇ ਗਏ ਇਸੇ ਤਰੀਕੇ ਪਟਿਆਲੇ ਦੇ ਵਿੱਚ ਵੀ ਜਿਹੜੇ ਕੁਐਸਚਨ ਉੱਠੇ ਆ ਜਿਹਦੇ 'ਚ 225 ਇਸ ਤਰੀਕੇ ਜਿਹੜੇ ਦੇਖੇ ਜਾ ਰਹੇ ਕਿਉਂਕਿ ਐਕਚੁਅਲ ਦੇ ਵਿੱਚ ਜੇ ਆਪਾਂ ਲਾ ਕੇ ਚੱਲੀਏ ਵੀ ਸਹੀ ਤਰੀਕੇ ਦੇ ਨਾਲ ਜੇ ਡਾਕਟਰ ਲਗਾਤਾਰ ਬੈਠਾ ਰਹੇ ਮਤਲਬ ਉਹਨੇ ਉਹਨੇ ਹਾਲ ਵੀ ਪੁੱਛਣਾ ਉਹਨੇ ਤੁਹਾਡੀ ਬਿਮਾਰੀ ਪੁੱਛਣੀ ਹੈ ਉਹਨੇ ਤੁਹਾਡਾ ਟੈਂਪਰੇਚਰ ਚੈੱਕ ਕਰਨਾ ਉਹਨੇ ਹੋਰ ਚੈੱਕਅਪ ਕਰਨਾ ਤੁਹਾਡੇ ਟੈਸਟ ਵੀ ਹੋਣੇ ਆ ਉਦੋਂ ਬਾਅਦ ਦਵਾਈ ਲਿਖਣੀ ਹੈ ਦਵਾਈ ਦੇਣੀ ਹੈ ਹੋ ਸਕਦਾ ਕੋਈ ਤੁਹਾਡਾ ਸਟੈਥੋਸਕੋਪ ਨਾਲ ਵੀ ਚੈੱਕ ਕਰਨਾ ਪਵੇ ਮਤਲਬ 5 ਮਿੰਟ ਤਾਂ ਆਪਾਂ ਮਿਨੀਮਮ ਲਾ ਕੇ ਚੱਲੀਏ 5 ਮਿੰਟ ਤਾਂ ਕਿਤੇ ਗਏ ਨਹੀਂ ਇੱਕ ਮਰੀਜ਼ ਦੇ ਉੱਤੇ ਇਹ MD ਡਾਕਟਰ ਜਿਹੜੇ MD ਸਰਜਨ ਨੇ ਜਿਹੜੇ ਰਿਟਾਇਰ ਹੋਏ ਸਰਕਾਰੀ ਉਹਨਾਂ ਦਾ ਕਹਿਣਾ ਹੈਗਾ ਤੇ ਉਸ ਤੋਂ ਬਾਅਦ ਜੇ ਆਪਾਂ ਕਹੀਏ ਇਹਦੇ ਵਿੱਚ ਲਗਭਗ ਇੱਕ ਮਿੰਟ ਦੇ ਵਿੱਚ ਇੱਕ ਮਰੀਜ਼ ਦੀ ਐਵਰੇਜ ਪੈਂਦੀ ਹੈ ਉਹ ਤੁਸੀਂ ਦੇਖ ਲਓ ਵੀ ਇਹ ਪੋਸੀਬਲ ਮਤਲਬ ਜੇ ਕਿਸੇ ਮੈਡੀਕਲ ਤੁਸੀਂ ਕਿਸੇ ਵੀ ਮੈਡੀਕਲ ਫੀਲਡ ਵਾਲੇ ਬੰਦੇ ਨਾਲ ਕੰਟੈਕਟ ਕਰੋਗੇ ਪੋਸੀਬਲ ਨਹੀਂ ਇਹਦੇ 'ਚ ਸਾਫ਼ ਹੈ ਕਿ ਜਿਹੜੀਆਂ ਪੁਰਾਣੀਆਂ ਐਂਟਰੀ ਆ ਉਹਨਾਂ ਦੇ ਪੁਰਾਣੇ ਜਿਹੜੇ ਆਧਾਰ ਕਾਰਡ ਨੇ ਉਹ ਲਾ ਕੇ ਨਵੀਂ ਐਂਟਰੀਆਂ ਬਣਾ ਕੇ ਉਹੀ ਯੂਜ਼ ਕਰਕੇ ਤੇ ਉਹਦਾ ਡਾਟਾ ਕ੍ਰੀਏਟ ਕੀਤਾ ਜਾ ਰਿਹਾ ਇਹਦੇ 'ਚ ਕੱਲੇ ਡਾਕਟਰ ਦੇ ਪੈਸਿਆਂ ਦਾ ਘਪਲਾ ਨਹੀਂ ਜੀ 50 ਰੁਪਏ ਡਾਕਟਰ ਨੂੰ ਮਿਲਦੇ ਨੇ 12 ਰੁਪਏ ਫਾਰਮਾਸਿਸਟ ਨੂੰ ਮਿਲਦੇ ਨੇ 10 ਰੁਪਏ ਮੈਡੀਕਲ ਹੈਲਪਰ ਨੂੰ ਮਿਲਦੇ ਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਪਰਚੀ ਦਿੱਤੀ ਜਾਂਦੀ ਹੈ ਉਹ ਤੇ ਜਿਹੜੀ ਦਵਾਈ ਲਿਖੀ ਜਾਂਦੀ ਹੈ ਉਹ ਦਵਾਈ ਦਾ ਜਦੋਂ ਮਰੀਜ਼ ਹੀ ਨਹੀਂ ਐਗਜ਼ਿਸਟ ਕਰਦਾ ਦਵਾਈ ਜਿਹੜੀ ਲਿਖੀ ਹੈ ਉੱਥੋਂ ਵੀ ਕਟਿੰਗ ਹੋਊਗੀ ਦਵਾਈ ਦੀ ਉਸ ਤੋਂ ਬਾਅਦ ਜਿਹੜਾ ਉਹਨੂੰ ਟੈਸਟ ਲਿਖਿਆ ਉਹ ਵੀ ਟੈਸਟ ਇਹਦਾ ਮਤਲਬ ਹੋਏਗੀ ਮਤਲਬ ਇਹ ਪੂਰਾ ਇੱਕ ਬਹੁਤ ਵੱਡਾ ਹੈ ਇਹਦੇ 'ਚ ਮੈਂ ਤਾਂ ਭਗਵੰਤ ਮਾਨ ਜੀ ਨੂੰ ਇਹੀ ਕਹਿਣਾ ਚਾਹੂੰਗਾ ਵੀ ਤੁਸੀਂ ਜਿਹੜੇ ਤੁਹਾਡੇ ਇੱਕ ਤਰੀਕੇ ਨਾਲ ਆਲੋਚਕ ਹੁੰਦੇ ਨੇ ਨਾ ਜਿਨ੍ਹਾਂ ਨੂੰ ਉਹਨਾਂ ਨੂੰ ਬੁਰਾ ਉਹਨਾਂ ਦੀ ਗੱਲਾਂ ਦਾ ਬੁਰਾ ਨਹੀਂ ਮੰਨਣਾ ਚਾਹੀਦਾ ਜਿਹੜੇ ਐਕਟਿਵਿਸਟ ਹੁੰਦੇ ਨੇ ਉਹ ਸਰਕਾਰ ਦੀ ਦਰਅਸਲ ਹੈਲਪ ਕਰ ਰਹੇ ਹੁੰਦੇ ਨੇ ਪਰ ਤੁਹਾਡੀ ਸ਼ਾਇਦ ਕਿਸੇ ਗੱਲ ਦਾ ਬੁਰਾ ਮੰਨ ਗਈ ਸੀ ਪੁਲਿਸ ਜਦੋਂ ਤੁਹਾਨੂੰ ਟਵੀਟ ਕਰਕੇ ਕਿਹਾ ਗਿਆ ਕਿ ਇਹ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਇਹ ਜਿਹੜੀ ਹੈ ਸੁਰੱਖਿਅਤ ਜਾਣਕਾਰੀ ਹੈ ਜਿਸ ਨੂੰ ਤੁਸੀਂ ਸਾਂਝਾ ਕਰ ਦਿੱਤਾ ਜਦੋਂ ਉਹ ਜਹਾਜ਼ ਵਾਲੀ ਗੱਲ ਦੇ ਉੱਤੇ ਤੁਸੀਂ ਟਵੀਟ ਕੀਤਾ ਸੀ ਹੈਲੀਕਾਪਟਰ ਵਾਲੀ ਗੱਲ ਤੇ ਨਹੀਂ ਬੁਰਾ ਕਾਫੀ ਗੱਲਾਂ ਦਾ ਮੰਨਦੇ ਰਹਿੰਦੇ ਨੇ ਚਲੋ ਮੈਂ ਤਾਂ ਆਪਦੇ ਵੱਲੋਂ ਕੋਸ਼ਿਸ਼ ਕਰਦਾ ਵੀ ਜਿਹੜੇ ਫੈਕਟ ਹੁੰਦੇ ਆ ਉਹਨਾਂ ਨੂੰ 4-5 ਵਾਰੀ ਘੋਖ ਕਰਕੇ ਅਲੱਗ ਅਲੱਗ ਸੋਰਸਿਸ ਤੋਂ ਪਤਾ ਕਰਕੇ ਚੀਜ਼ਾਂ ਤੋਂ ਗਰਾਊਂਡ ਤੋਂ ਪਤਾ ਕਰਕੇ ਜਾ ਕੇ ਉੱਥੇ ਪਤਾ ਕਰਕੇ ਫਿਰ ਉਸ ਤੋਂ ਬਾਅਦ ਕੁਝ ਲਿਖੀਦਾ ਤੇ ਪਰ ਜੇ ਗੁੱਸਾ ਕਰਨਾ ਇਹਨਾਂ ਨੇ ਉਹ ਕਰ ਦੇਣ ਜੀ ਸਕੇ ਕਰਨ ਪਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਦੇਖੋ ਮੈਂ ਆਪਣੀ ਜਗ੍ਹਾ ਸਹੀ ਹੈ ਮੈਂ ਗੱਲ ਫੈਕਚੁਅਲ ਕੀਤੀ ਹੈ ਲੋਕਾਂ ਦਾ ਪੈਸਾ ਪਬਲਿਕ ਮਨੀ ਹੈ ਉਹਦੀ ਇਨਫੋਰਮੇਸ਼ਨ ਪਬਲਿਕ 'ਚ ਹੋਣੀ ਚਾਹੀਦੀ ਹੈ ਟੈਂਡਰ ਤਾਂ ਵੈਸੀ ਪਬਲਿਕ ਚੀਜ਼ ਹੁੰਦੀ ਹੈ ਇਹ ਸੈਂਸਿਟਿਵ ਡਾਕੂਮੈਂਟ ਕਿਵੇਂ ਹੋ ਗਿਆ ਮੈਂ ਨਹੀਂ ਡਿਲੀਟ ਕਰਨਾ ਤੁਸੀਂ ਆਗੇ ਚਾਹੇ ਚੱਕ ਕੇ ਲੈ ਜਾਓ ਕਿਸੇ ਨੂੰ ਆਪਾਂ
ਤੇ ਉਹ ਆਪਾਂ ਗੱਲਾਂ ਤੋਂ ਉਹਨਾਂ ਗੱਲਾਂ ਨਾਲ ਆਪਾਂ ਨੂੰ ਨਹੀਂ ਫਰਕ ਪੈਂਦਾ, ਪਰ ਮੈਂ ਵੈਸੇ ਗੱਲ ਕਰ ਰਿਹਾ ਵੀ ਇਹਨਾਂ ਨੂੰ ਸਰਕਾਰ ਨੂੰ ਜਿਹੜੀ ਹੈਗੀ ਹੈ ਇਹ ਉਹੀ ਸਰਕਾਰ ਹੈ ਜਿਹੜੀ ਟ੍ਰਾਂਸਪੇਰੈਂਸੀ ਦੀ ਗੱਲ ਕਰਦੀ ਸੀ, ਜਿਹੜੀ ਗੱਲ ਕਰਦੀ ਸੀ ਕਿ ਸਰਕਾਰ ਨੂੰ ਸਵਾਲ ਕਰੋ, ਸਰਕਾਰ ਆਰਟੀ ਦੇ ਵਿੱਚ ਜਵਾਬ ਦੇਣੇ ਇਹਨਾਂ ਨੇ ਬੰਦ ਕਰਤੇ, ਹੁਣ ਜੇ ਕੋਈ ਕਾਗਜ਼ ਨੋਰਮਲ ਵੀ ਬਾਹਰ ਆ ਜਾਂਦਾ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ। ਪਰ ਮੈਂ ਇਹੀ ਕਹਿਣਾ ਚਾਹੁੰਦਾ ਇਹਨਾਂ ਨੂੰ ਚਾਹੇ ਕੋਈ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ, ਮੈਂ ਇਹਨਾਂ ਨੂੰ ਕਹਿੰਦਾ ਵੀ ਜਿਹੜੇ ਐਕਟਿਵਿਸਟ ਹੁੰਦੇ ਆ ਦਰਅਸਲ ਉਹ ਸਰਕਾਰ ਦੀ ਮਦਦ ਕਰਦੇ ਆ, ਜੇ ਕੋਈ ਤੁਹਾਡਾ ਮੰਤਰੀ ਘਪਲਾ ਕਰ ਰਿਹਾ, ਤੁਹਾਡਾ ਕੋਈ ਅਫਸਰ ਘਪਲਾ ਕਰ ਰਿਹਾ, ਤੁਹਾਡਾ ਕੋਈ ਇੱਥੇ ਕੋਈ ਹੋਰ ਚੀਜ਼ ਦੇ ਵਿੱਚ ਘਪਲਾ ਹੋ ਰਿਹਾ, ਕੋਈ ਡਾਕਟਰ ਘਪਲਾ ਕਰ ਰਿਹਾ, ਜੇ ਐਕਟਿਵਿਸਟ ਤੁਹਾਨੂੰ ਦੱਸਣਗੇ ਤੁਸੀਂ ਉਹਦੇ ਐਕਸ਼ਨ ਕਰ ਸਕਦੇ ਹੋ, ਪਰ ਤੁਸੀਂ ਉਲਟਾ ਐਕਸ਼ਨ ਕਰਨ ਦੀ ਥਾਂ ਤੇ ਤੁਸੀਂ ਉਹ ਐਕਟਿਵਿਸਟਾਂ ਨੂੰ ਐਂ ਦੇਖਦੇ ਹੋ ਵੀ ਸਾਡਾ ਵੀ ਨੁਕਸਾਨ ਕਰਦੇ ਪਏ ਆ, ਅਸੀਂ ਇਨਫੋਰਮੇਸ਼ਨ ਦੇ ਕੇ ਨੁਕਸਾਨ ਕਿਵੇਂ ਕੀਤਾ, ਕਿਹਦਾ ਨੁਕਸਾਨ ਕੀਤਾ? ਹਾਂਜੀ ਮਾਨਿਕ ਜੀ, ਕਦੇ ਪਹਿਲਾਂ ਵੀ ਇਹ ਹੁੰਦਾ ਰਿਹਾ ਜਰਨਲਿਸਟ ਤੋਂ ਲੈ ਕੇ ਐਕਟਿਵਿਸਟ ਤੱਕ, ਜੇ ਵੀ ਕੋਈ ਸਰਗਰਮ ਹੁੰਦਾ ਸਿਆਸੀ ਮੁੱਦਿਆਂ ਉੱਤੇ ਸਮਾਜਿਕ ਮੁੱਦਿਆਂ ਉੱਤੇ, ਕਈ ਵਾਰ ਉਸ ਨੂੰ ਮੁਸ਼ਕਲਾਂ ਤੋਂ ਗੁਜ਼ਰਨਾ ਪੈਂਦਾ, ਕੋਈ ਕੋਈ ਥ੍ਰੈਟਸ ਕਿਸੇ ਤਰੀਕੇ ਦੀਆਂ, ਕੋਈ ਟ੍ਰੋਲਿੰਗ, ਇਹਨਾਂ ਚੀਜ਼ਾਂ ਦਾ ਸਾਹਮਣਾ ਹੋਇਆ? ਕਰਨ ਜੀ, ਜਦੋਂ ਤੁਸੀਂ ਸੱਤਾਧਿਰ ਨਾਲ, ਦੇਖੋ ਸੱਤਾਧਿਰ ਨੂੰ ਸਵਾਲ ਜਵਾਬ ਕਰੋਗੇ ਚੀਜ਼ਾਂ ਤੇ ਬੜੀਆਂ ਸੁਭਾਵਿਕ ਹੁੰਦੀਆਂ ਨੇ, ਟ੍ਰੋਲਿੰਗ, ਕਿਸੇ ਦੇ ਫੋਨ ਆਉਣੇ, ਉਹਨਾਂ ਨੇ ਫੋਨ ਕਰਾਉਣੇ ਨਹੀਂ ਕਰਾਉਣੇ, ਬਟ ਉਹ ਇੰਨਾ ਕੋਈ ਮੈਂ ਉਹਨਾਂ ਚੀਜ਼ਾਂ ਨੂੰ ਕੋਈ ਬਾਹਲਾ ਨਹੀਂ ਗਾਉਂਦਾ। ਆਇਆ ਤੁਹਾਨੂੰ ਫੋਨ ਆਇਆ ਕਿਸੇ ਦੇ ਫੋਨ ਆਇਆ ਤੁਹਾਨੂੰ? ਮਾੜੇ ਮੋਟੇ ਆਉਂਦੇ ਰਹਿੰਦੇ ਜੀ, ਉਹ ਕੋਈ ਦਿੱਕਤ ਨਹੀਂ ਇੰਨੀ, ਜਿੱਦਾਂ ਕੋਈ ਬਾਹਲਾ ਸੀਰੀਅਸ ਹੋਇਆ ਫਿਰ ਦੱਸਾਂਗੇ ਤੁਹਾਨੂੰ, ਉਹਨੇ ਕਿਤੇ ਹੈਂਡਲ ਹੋ ਜਾਂਦੇ, ਕੋਈ ਦਿੱਕਤ ਨਹੀਂ। ਹਾਂਜੀ, ਆਪਾਂ ਹੁਣ ਇਸੇ ਮੁਹੱਲਾ ਕਲੀਨਿਕ ਵਾਲੇ ਮਸਲੇ ਤੇ ਵਾਪਸ ਆਉਂਦੇ ਹਾਂ ਕਿ ਜਿਹੜੇ ਲੋਕ ਉਹ ਐਂਟਰੀਆਂ ਕਰ ਰਹੇ ਨੇ, ਜਿਨ੍ਹਾਂ ਦੀ ਉੱਥੇ ਡਿਊਟੀ ਆ, ਜਿਹੜਾ ਡਾਕਟਰ ਹੈ ਜਾਂ ਜਿਹੜੇ ਫਾਰਮਾਸਿਸਟ ਨੇ, ਜਿੰਨੀ ਵੀ ਉੱਥੇ ਟੀਮ ਆ, ਇੱਥੇ ਕਰਪਸ਼ਨ ਉਹਨਾਂ ਦੀ ਸਾਬਤ ਹੁੰਦੀ ਹੈ, ਕਿ ਸਰਕਾਰ ਉੱਤੇ ਇੱਥੇ ਸਵਾਲ ਚੁੱਕਣਾ ਜਾਇਜ਼ ਆ ਜਾਂ ਉਹਨਾਂ ਦੀ ਪਾਲਿਸੀ ਨੇ ਉਹ ਥਾਂ ਛੱਡ ਦਿੱਤੀ ਇਸ ਕਰਪਸ਼ਨ ਵਾਸਤੇ? ਕਰਨ ਜੀ, ਦੇਖੋ ਪਹਿਲੀ ਗੱਲ ਤੇ ਜਿਹੜੇ ਮੁਹੱਲਾ ਕਲੀਨਿਕ ਦਾ ਮਾਡਲ ਉਹ ਪੰਜਾਬ ਲਈ ਹੈ ਨਹੀਂ, ਉਹ ਦਿੱਲੀ ਵਾਲਾ ਮਾਡਲ ਆ, ਜਿੱਥੇ ਇੱਕ ਕੁਛ ਕਿਲੋਮੀਟਰ ਦੇ ਵਿੱਚ ਕਈ ਕਰੋੜਾਂ ਦੀ ਜਿਹੜੀ ਆਬਾਦੀ ਰਹਿੰਦੀ ਹੈ ਉੱਥੇ ਹਰ ਮੁਹੱਲੇ ਦੇ ਵਿੱਚ ਉੱਥੇ ਉਹਨਾਂ ਨੂੰ ਹੋ ਸਕਦਾ ਲੋੜ ਹੋਵੇ। ਆਪਣੇ ਤਾਂ ਪਿੰਡ ਨੇ, ਆਪਾਂ ਨੂੰ 5-5 ਕਿਲੋਮੀਟਰ ਤੇ 7-7 ਕਿਲੋਮੀਟਰ ਤੇ ਪਿੰਡ ਹੈਗੇ ਆ, ਸ਼ਹਿਰ ਹੈਗੇ ਆ, ਇੱਥੇ ਕੋਈ ਮਾਡਲ ਫਿੱਟ ਨਹੀਂ ਬੈਠਦਾ। ਪਹਿਲੀ ਗੱਲ ਤੇ ਇਹਨਾਂ ਨੇ ਆਪਣਾ ਜਿਹੜਾ ਮੈਡੀਕਲ ਸਟਰਕਚਰ ਬਣਿਆ ਹੋਇਆ ਸੀ, ਜਿੰਨਾ ਕੁ ਵੀ ਹੈਗਾ ਸੀ, ਉਹਨੂੰ ਬਰਬਾਦ ਕੀਤਾ, ਹੋਰ ਉਹਨੂੰ ਡੀਗ੍ਰੇਡ ਕੀਤਾ, ਅਪਗ੍ਰੇਡ ਕਰਨ ਦੀ ਥਾਂ ਤੇ। ਪਹਿਲਾਂ ਤੇ ਇਹੀ ਨਾਰਾਜ਼ਗੀ ਹੈ। ਦੂਜੀ ਨਾਰਾਜ਼ਗੀ ਇਹ ਹੈ ਵੀ ਜੇ ਤੁਸੀਂ ਇਹ ਬਣਾਏ ਸੀ ਤੇ ਡਾਕਟਰ ਰੈਗੂਲਰ ਭਰਤੀ ਕਰਨੇ ਸੀ, ਡਾਕਟਰਾਂ ਦੀ ਭਰਤੀ ਕਰੀ ਦੀ ਹੁੰਦੀ ਹੈ, ਸਰਕਾਰ ਡਾਕਟਰ ਭਰਤੀ ਕਰਨ ਵਾਸਤੇ ਹੁੰਦੀ ਹੈ। ਭਗਵੰਤ ਮਾਨ ਜੀ ਕਹਿੰਦੇ ਸੀ, ਕੱਚਾ ਸ਼ਬਦ ਮੈਂ ਸੁਣਿਆ ਨਹੀਂ, ਇਹਦਾ ਕੰਟਰੈਕਟ ਤੇ ਡਾਕਟਰ ਰੱਖੇ ਇਹਨਾਂ ਨੇ, ਜਿਹੜਾ ਕਿ ਪਹਿਲੀ ਵਾਰ ਹੋਇਆ ਕੰਟਰੈਕਟ ਵਾਲੇ ਡਾਕਟਰ ਪਰ ਪਰਸਨ ਦੇ ਹਿਸਾਬ ਨਾਲ। ਹੁਣ ਜਦੋਂ ਇਹੋ ਜਿਹੇ ਤੁਸੀਂ ਸਿਸਟਮ ਬਣਾਓਗੇ ਜਿਹੜੇ ਕਿ ਦੇਖਣ ਸਾਰੀ ਪਤਾ ਲੱਗਦਾ ਵੀ ਇੱਥੇ ਕਰਪਸ਼ਨ ਹੋਣੀ ਹੈ, ਤੇ ਉੱਥੇ ਤਾਂ ਸਵਾਲ ਤਾਂ ਜਾਇਜ਼ ਹੀ ਹੈ ਨਾ। ਦੇਖੋ ਹੁਣ ਤੁਸੀਂ ਇੱਥੇ ਕੱਲ੍ਹ ਨੂੰ ਕਿਸੇ ਬੰਦੇ ਨੂੰ ਕਹੋਗੇ ਕਿ ਫਲਾਣਾ ਜਿਹੜਾ ਹੈਗਾ ਆਪਣਾ ਬਿਜਲੀ ਬੋਰਡ ਵਾਲਾ ਫਲਾਣਾ ਬੰਦਾ ਉੱਥੇ ਆ ਕੇ ਇੰਨੇ ਬੰਦਿਆਂ ਦੇ ਚੈੱਕ ਕਰਿਆ ਵੀ ਘਰ ਬਿਜਲੀ, ਜਾਂ ਇੰਨੇ ਬੰਦਿਆਂ ਦੇ ਤੁਹਾਨੂੰ 100 ਰੁਪਈਆ ਘਰ ਦੇਵਾਂਗੇ, ਤੇ ਉਹਨੇ ਜਾ ਕੇ ਕਹਿ ਦੇਣਾ ਵੀ ਸ਼ਾਮ ਤੱਕ ਮੈਂ 1000 ਘਰ ਚੈੱਕ ਕਰਦਾ, ਉੱਥੇ ਕਿਹੜਾ ਕੋਈ ਅਕਾਊਂਟੇਬਿਲਟੀ ਹੈ? ਪੁਰਾਣੇ ਚੈੱਕਾਂ ਤੋਂ ਹੀ ਉਦਾਂ ਹੀ ਓਪੀਡੀ ਦੇ ਪੁਰਾਣੇ ਜਿਹੜੇ ਆਧਾਰ ਕਾਰਡ ਲੱਗੇ ਆ ਉਹਦੇ ਐਂਟਰੀਆਂ ਪਾਈ ਜਾਂਦੇ ਆ। ਤੇ ਇਹਦੇ ਚ ਕਰਨ ਜੀ ਜਿਹੜਾ ਸਿਸਟਮ ਹੈ ਨਾ, ਇਹਦੇ ਚ ਕੱਲੀ ਕਰਪਸ਼ਨ ਵਾਲਾ ਸਿਸਟਮ ਨਹੀਂ ਹੈਗਾ, ਇਹਦੇ ਚ ਇੱਕ ਐਂਗਲ ਹੋਰ ਵੀ ਹੈ। ਤੁਸੀਂ ਦੇਖੋ ਵੀ ਜਿਹੜੀ ਸਰਕਾਰ ਹੈ, ਸਰਕਾਰ ਇਹ ਜਿਹੜੇ ਅੰਕੜੇ ਆ ਅੰਕੜਿਆਂ ਦੀ ਗੇਮ ਤੇ ਖੇਡਦੀ ਹੈ, ਜਦੋਂ ਕਿ ਗਰਾਊਂਡ ਤੇ ਕੁਛ ਹੁੰਦਾ ਨਹੀਂ। ਜਦੋਂ ਕਿ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ SSP ਜਿਹੜੇ ਹੈਗੇ ਆ ਉਹ ਉਹਨਾਂ ਨੇ NDPS ਐਕਟ ਦੇ ਉੱਤੇ ਇੱਕ ਹਰੇਕ ਚੌਂਕੀ ਤੇ ਹਰੇਕ ਥਾਣੇ ਨੂੰ ਕਿਹਾ ਕਿ ਤੁਸੀਂ ਹਰ ਮਹੀਨੇ ਇੱਕ ਜਿਹੜਾ ਪਰਚਾ ਦੇਣਾ ਹੀ ਦੇਣਾ NDPS, ਤਾਂ ਦੇਖੋ ਕਿੰਨੀ ਮਾੜੀ ਗੱਲ ਹੈ। ਪਰ ਅਸਲ ਉਹਦੇ ਪਿੱਛੇ ਕੀ ਹੈ, ਉਹਦੇ ਪਿੱਛੇ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਹਰ ਮਹੀਨੇ ਦੇ ਵਿੱਚ ਸੁਖਚੈਨ ਗਿੱਲ ਜੀ ਜਿਹੜੇ ਉਹਨਾਂ ਨੇ ਹੈੱਡਕੁਆਰਟਰ ਦਾ ਇੰਚਾਰਜ ਬਣਾਇਆ ਹੋਇਆ, ਉਹ ਹਰ ਮਹੀਨੇ ਕਹਿੰਦੇ ਜੀ ਅਸੀਂ ਇੰਨੇ ਤਸਕਰ ਫੜ ਲਏ, ਅਸੀਂ ਇੰਨੇ ਤਸਕਰਾਂ ਦੇ ਪਰਚੇ ਕਰਤੇ। ਉਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਕੰਮ ਕਰ ਰਹੇ ਹਾਂ, ਇੱਕ ਮਾਰਕੀਟਿੰਗ ਕੈਂਪੇਨ ਤੁਸੀਂ ਇਸ ਨੂੰ ਕਹਿ ਸਕਦੇ ਹੋ? ਹਾਂਜੀ, ਮਾਰਕੀਟਿੰਗ ਕੈਂਪੇਨ ਹੈ ਕਿ ਅਸੀਂ ਮਹੀਨੇ ਦੇ ਵਿੱਚ 500 ਤਸਕਰ ਫੜਦੇ, ਅਸੀਂ ਹੁਣ ਤੱਕ 1000 ਬੰਦਾ ਇੱਕ ਮਹੀਨੇ ਦੇ ਵਿੱਚ ਫੜ ਲਿਆ। ਉਹ ਫੜੇ ਗੱਲ ਤੇ ਉਹੀ ਹੈ, ਜੇ ਤੁਸੀਂ ਧੱਕੇ ਨਾਲ NDPS ਦੇ ਪਰਚੇ ਕਰੋਗੇ ਤੇ ਫਿਰ ਮਾਰਕੀਟਿੰਗ ਹੀ ਕਰਨੀ ਹੈ ਉਹਨਾਂ ਦੀ, ਉਹੀ ਚੀਜ਼ ਇੱਥੇ ਆ। ਹੁਣ ਆਪਣੇ ਜਿਹੜੇ, ਪਰ ਕੀ ਇਹ ਗੱਲ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਫੜੇ ਨੇ ਉਹ ਗਲਤ ਨੇ? ਉਹ ਹੋ ਸਕਦਾ ਉਹ ਸੱਚੀ ਉਹ ਵੇਚਦੇ ਹੋਣ ਜਾਂ ਉਹ ਨਸ਼ੇ ਨਾਲ ਜੁੜੇ ਹੋਣ। ਕਰਨ ਜੀ ਦੇਖੋ, ਦਾਅਵੇ ਦੇ ਨਾਲ ਤਾਂ ਕੁਛ ਵੀ ਨਹੀਂ ਹੋ ਸਕਦਾ ਹੁੰਦਾ, ਦਾਅਵੇ ਨਾਲ ਆਪਾਂ ਕਿਹੜਾ ਕੋਈ ਬਾਈ ਕੇਸ ਬਾਈ ਕੇਸ ਚੈੱਕ ਕਰਾਂਗੇ। ਪਰ ਜਦੋਂ ਇੱਕ ਅਫਸਰ ਨੂੰ ਇਹ ਕਹਿ ਦਿੱਤਾ ਗਿਆ ਵੀ ਇੱਕ ਅਫਸਰ ਨੇ ਇੱਕ ਜ਼ਿਲ੍ਹੇ ਦੇ ਮੁਖੀ ਨੇ ਇਹ ਲੈਟਰ ਹੀ ਕੱਢਤਾ ਵੀ ਮੇਰੇ ਅੰਦਰ ਜਿੰਨੀਆਂ ਚੌਂਕੀਆਂ ਥਾਣੇ ਆਉਂਦੇ ਨੇ ਹਰੇਕ ਦੇ ਵਿੱਚ ਇੱਕ NDPS ਦਾ ਪਰਚਾ ਦਰਜ ਹੋਵੇ, ਤੇ ਫਿਰ ਉੱਥੇ ਕਿਤੇ ਨਾ ਕਿਤੇ ਗੜਬੜੀ ਵੀ ਹੋਊਗੀ ਨਾ। ਦੇਖੋ ਨਸ਼ਾ ਤੇ ਹੈਗੇ, ਪਰਚੇ ਦਰਜ ਕੀਤੇ ਜਾ ਸਕਦੇ, ਪਰ ਜਦੋਂ ਤੁਸੀਂ ਇੱਕ ਟਾਰਗੇਟ ਹੀ ਦਿੱਤਾ, NDPS ਦਾ ਪਰਚਾ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਜਦੋਂ ਕਿਸੇ ਨੂੰ ਟਾਰਗੇਟ ਦਿੱਤਾ। ਇਹ ਤਾਂ ਇੱਕ ਬੜੀ ਇਨਵੈਸਟੀਗੇਸ਼ਨ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰਨ ਵਾਲੇ ਡਰੱਗ ਦਾ ਜਿਹੜਾ ਸਿਸਟਮ ਹੈ ਬੜੇ ਚੰਗੇ ਤਰੀਕੇ ਨਾਲ ਹੈਂਡਲ ਕਰਨ ਵਾਲਾ ਸਿਸਟਮ ਹੈ। ਕੋਈ ਜਿਹੜੇ ਮਰੀਜ਼ਾਂ ਨੂੰ ਤੁਸੀਂ ਫੜ ਫੜ ਅੰਦਰ ਦੀ ਜਾਓ, ਉਹ ਕੋਈ ਬੜੀ ਚੰਗੀ ਗੱਲ ਨਹੀਂ, ਪਰ ਟਾਰਗੇਟ ਦੇਣਾ ਤੇ ਉਹ ਤੋਂ ਵੀ ਮਾੜੀ ਗੱਲ ਹੈ। ਇਸੇ
ਕਿੰਨਾ ਅਨਰੀਅਲ ਜੀ ਫਿਗਰ ਹੈ ਜੀ। ਦੇਖੋ 44 ਲੱਖ ਲੋਕ ਅਸੀਂ ਚੈੱਕ ਕਰ ਰਹੇ ਤੇ ਮੁਹੱਲਾ ਕਲੀਨਿਕਾਂ ਦੇ ਵਿੱਚ, ਤੇ ਜਦੋਂ ਤੁਸੀਂ ਆਹ 300-300 ਬੰਦੇ ਇੱਕ ਇੱਕ ਦਿਹਾੜੀ ਦੇ ਵਿੱਚ ਇੱਕ ਇੱਕ ਕਲੀਨਿਕ ਤੇ ਕੱਢਣੇ ਆ, ਉਹ ਚਾਹੇ ਤੁਸੀਂ ਕਰੋੜ ਬਣਾ ਲਿਓ ਉਹਨੂੰ। ਦੇਖੋ ਡਾਕਟਰਾਂ ਤੇ ਉਹ ਪ੍ਰੈਸ਼ਰ ਵੀ ਹੈਗਾ ਕਿਤੇ ਨਾ ਕਿਤੇ। ਮੈਂ ਲੋਕਾਂ ਤੋਂ ਇਹ ਵੀ ਸੁਣਿਆ ਵੀ ਜਿਹੜੇ ਡਾਕਟਰ ਇਹ ਇੰਨਾ ਅਨਰੀਅਲ ਡਾਟਾ ਜਿਹੜਾ ਹੈਗਾ ਕਰਦੇ ਪਏ ਆ, ਉੱਥੇ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਜਿਹੜੇ ਮੰਤਰੀ ਆ MLA ਉਹਨਾਂ ਦੀ ਇਨਵੋਲਵਮੈਂਟ ਵੀ ਹੈਗੀ ਆ। ਉਹ ਚਲੋ ਜਾਂਚ ਦਾ ਵਿਸ਼ਾ ਹੈ, ਉਹ ਆਪਾਂ ਕਲੇਮ ਨਹੀਂ ਕਰਦੇ। ਲੋਕ ਕਹਿੰਦੇ ਪਏ ਕਿ ਜਿਹੜੀ ਇਨਵੋਲਵਮੈਂਟ ਉੱਥੇ ਡਾਕਟਰ ਦੇ ਨਾਲ ਮਿਲ ਸਕ ਕੇ ਤੇ ਕੰਮ ਚੱਲਦਾ ਪਿਆ, ਬਟ ਜਿਹੜੇ ਉਹ ਅੰਕੜੇ ਵੀ ਤਾਂ ਕਿਸੇ ਤਰੀਕੇ ਵਧਣਗੇ ਨਾ। ਜਿਹੜੇ ਹੁਣ 50 ਜੇ ਬੰਦਾ 50 ਮਰੀਜ਼ ਦੇਖੂਗਾ ਤੇ ਤੁਹਾਡੇ ਅੰਕੜੇ ਵੀ ਨਹੀਂ ਵਧਣੇ। ਪੈਸੇ ਦੀ ਇਨਵੋਲਵਮੈਂਟ ਵੀ ਹੈਗੀ ਕਰਪਸ਼ਨ, ਤੇ ਉਸ ਤੋਂ ਬਾਅਦ ਜਿਹੜੇ ਇਹ ਅੰਕੜੇ ਵੀ ਗੇਮ ਇਹਦੇ ਵੀ ਖੇਡਿਆ ਜਾ ਰਿਹਾ ਜੀ। ਇੱਕ ਮਸਲਾ ਹੋਰ ਮੈਂ ਕਹੂੰਗਾ ਕਿ ਆਖਰੀ ਮਸਲਾ ਆਪਾਂ ਨੂੰ ਜਿਹਨੂੰ ਟੱਚ ਕਰਾਂਗੇ ਕਿ ਕਿਉਂਕਿ ਇਹ ਤਾਜ਼ਾ ਮਸਲਾ ਹੈ, ਇੱਕ ਅੰਮ੍ਰਿਤਸਰੀ ਕੁਲਚਿਆਂ ਨੂੰ ਲੈ ਕੇ ਬਦਲਾਖੋਰੀ ਦੀ ਰਾਜਨੀਤੀ ਦੀ ਗੱਲ ਕੀਤੀ ਜਾ ਰਹੀ ਹੈ ਕਿ 3 ਮੰਤਰੀ ਆਮ ਆਦਮੀ ਪਾਰਟੀ ਦੇ ਮੀਤ ਹੇਅਰ, ਅਮਨ ਅਰੋੜਾ ਤੇ ਹਰਪਾਲ ਚੀਮਾ, ਜਿਨ੍ਹਾਂ ਦਾ ਨਾਂ ਲੈ ਕੇ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਇਹਨਾਂ ਨੇ ਇੱਕ ਹੋਟਲ ਵਾਲੇ ਨੂੰ ਬਾਅਦ ਦੇ ਵਿੱਚ ਨੋਟਿਸ ਕੱਢ ਦਿੱਤੇ ਜਦੋਂ ਉਸਨੇ ਇੱਕ ਕਮਰੇ ਦਾ ਕੁਛ ਕਿਰਾਇਆ ਮੰਗ ਲਿਆ ਜਦੋਂ ਇਹ ਕੁਲਚੇ ਖਾਣ ਗਏ ਸੀ, ਤੇ ਅੱਜ ਮੀਤ ਹੇਅਰ ਹੋਣਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਜੇ ਅਜਿਹਾ ਹੋਇਆ, ਜੇ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਆ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ। ਅਕਸਰ ਪਹਿਲਾਂ ਅਕਾਲੀ ਦਲ ਉੱਤੇ ਆਮ ਆਦਮੀ ਪਾਰਟੀ ਦੋਸ਼ ਲਾਉਂਦੀ ਸੀ ਵਪਾਰੀਆਂ ਨੂੰ ਤੰਗ ਕਰਨ ਦੇ, ਇਹ ਮਸਲੇ ਦੇ ਵਿੱਚ ਕੋਈ ਤੱਤ ਸੱਚ ਤੁਸੀਂ ਹੁਣ ਤੱਕ ਦੇਖਿਆ, ਪੜਤਾਲਿਆ, ਕੋਈ ਸਮਝ ਆਈ ਇਸ ਗੱਲ ਦੀ? ਕਰਨ ਜੀ, ਇਹਦੇ 'ਚ ਇਹੀ ਹੈ ਵੀ ਮੈਂ ਜਿੰਨਾ ਕੁ ਮੈਂ ਸੁਣਿਆ ਕਿ ਵਪਾਰੀ ਨੇ ਇਹ ਜਿਹੜੀ ਗੱਲ ਹੈਗੀ ਕੀਤੀ ਹੈ ਬਾਹਰ ਕੇ ਮੈਨੂੰ ਤੰਗ ਕਰਦੇ ਆ ਇਹ, ਤੇ ਉਹਨੇ ਇਹ ਆ ਖੁਦ ਹੀ ਇਹ ਇੰਸੀਡੈਂਟ ਜਿਹੜਾ ਹੈਗਾ ਬਿਆਨ ਕੀਤਾ ਹੈ ਵਪਾਰੀ ਨੇ ਕਿ ਇਹਨਾਂ ਨੇ ਜਿਹੜਾ ਸਾਹਮਣੇ ਕੁਲਚਾ ਲੈਣ ਦਾ, ਕੁਲਚਾ ਲੈਣ ਤੋਂ ਕੁਲਚੇ ਮੰਗਾਏ ਤੇ ਕਮਰੇ ਦੇ ਵਿੱਚ ਬਹਿ ਕੇ, ਤੇ ਉਸ ਤੋਂ ਬਾਅਦ ਕਮਰੇ ਦਾ ਕਿਰਾਇਆ ਮੰਗਣ ਤੇ ਇਹ ਤਿੜ ਗਏ, ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਤੇ ਕਾਰਵਾਈਆਂ, ਫਲਾਣੇ ਨੋਟਿਸ, ਜਿੰਨੇ ਵੀ ਮਤਲਬ ਡਿਪਾਰਟਮੈਂਟ ਲੱਗਦੇ ਹੁੰਦੇ ਆ ਹੋਟਲ ਨੂੰ, ਤੇ ਸਾਰਿਆਂ ਤੋਂ ਨੋਟਿਸ ਕਢਾ ਦਿੱਤੇ ਵੱਖ ਵੱਖ ਤਰ੍ਹਾਂ ਦੇ। ਇਹ ਹੁਣ ਜੇ ਵਪਾਰੀ ਕਹਿ ਰਿਹਾ ਤੇ ਇਹਦੀ ਜਾਂਚ ਵੀ ਜ਼ਰੂਰੀ ਹੈ ਜੀ। ਜੇ ਦੇਖੋ ਗੱਲ ਇਹ ਹੋਈ ਹੈ ਤਾਂ ਹੀ ਕੋਈ ਕਹਿੰਦਾ, ਕੋਈ ਵਪਾਰੀ ਪਾਗਲ ਤੇ ਹੁੰਦਾ ਨਹੀਂ ਕਿ ਉਹਨੇ ਚੱਕ ਕੇ ਇਦਾਂ ਜਿਹੜਾ ਖਾਸ ਕਰਕੇ ਇਦਾਂ ਹੋਟਲ ਦੇ ਬਿਜ਼ਨਸ ਹੁੰਦਾ ਉਹ ਮੰਤਰੀਆਂ ਦੇ ਕਿਵੇਂ ਮਤਲਬ ਉਂਗਲ ਚੱਕ ਦੂਗਾ ਆਪਣਾ, ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ। ਮੀਤ ਹੇਰ ਕਹਿੰਦੇ ਕੁਲਚੇ ਵਾਲਿਆਂ ਨੂੰ ਜਾ ਕੇ ਪੁੱਛੋ, ਅਸੀਂ ਤਾਂ ਉਹਨਾਂ ਦੇ ਉੱਥੇ ਦੁਕਾਨ ਤੇ ਬਹਿ ਕੇ ਕੁਲਚੇ ਖਾਧੇ, ਅਸੀਂ ਹੋਟਲ 'ਚ ਗਏ ਹੀ ਨਹੀਂ। ਦੇਖੋ ਜੀ, ਕਿਤੇ ਜਾਂਚ ਤਾਂ ਹੁਣ ਹੋਣੀ ਬਣਦੀ ਹੈ, ਪਰ ਸਰਕਾਰ ਦਾ ਪ੍ਰੈਸ਼ਰ ਵੀ ਵਪਾਰੀਆਂ ਦੇ ਛੇਤੀ ਪੈ ਜਾਂਦਾ, ਕੁਲਚੇ ਵਾਲੇ ਤੇ ਵੀ ਪੈ ਸਕਦਾ ਤੇ ਦੁਬਾਰਾ ਹੋਟਲ ਵਾਲੇ ਤੇ ਵੀ ਪੈ ਸਕਦਾ। ਪਰ ਮੈਂ ਸਮਝਦਾ ਵੀ ਜੇ ਕਿਤੇ ਨਾ ਕਿਤੇ ਹੋਟਲ ਵਾਲੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਕਿਤੇ ਨਾ ਕਿਤੇ ਸੱਚਾਈ ਹੈਗੀ ਹੈ, ਕਿਤੇ ਝੂਠ ਹੈ ਨਹੀਂ। ਮੈਨੂੰ ਲੱਗਦਾ ਨਹੀਂ ਜੀ, ਤੁਹਾਨੂੰ ਲੱਗਦਾ ਕਿ ਕੁਛ ਨਾ ਕੁਛ ਤੱਥ ਜ਼ਰੂਰ ਹੋਊਗਾ ਜੇਕਰ ਮਸਲਾ ਇੰਨੀ ਤੂਲ ਫੜਦਾ, ਜੇਕਰ ਜੇ ਵਪਾਰੀ ਸਾਹਮਣੇ ਆਇਆ ਤਾਂ? ਨਹੀਂ ਬਿਲਕੁਲ ਜੀ ਬਿਲਕੁਲ, ਵਪਾਰੀ ਤਾਂ ਹੀ ਸਾਹਮਣੇ ਆਉਂਦਾ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ। ਵਪਾਰੀ ਦਰਅਸਲ ਉਹ ਹੁੰਦਾ ਜਿਹੜਾ ਕਿ ਬਿਲਕੁਲ ਅੱਕ ਕੇ ਬਾਹਰ ਆਉਂਦਾ ਹੁੰਦਾ, ਜਦੋਂ ਬਿਲਕੁਲ ਪਾਣੀ ਸਿਰ ਤੋਂ ਟੱਪ ਜਾਂਦਾ। ਨਹੀਂ, ਉਹਨੂੰ ਪਤਾ ਹੁੰਦਾ ਵੀ ਸਰਕਾਰ ਨਾਲ ਜੇ ਕੋਈ ਪੰਗਾ ਲਵਾਂਗੇ ਤੇ ਜਿਹੜਾ ਹੈਗਾ ਵਪਾਰ ਨੂੰ ਨੁਕਸਾਨ ਕਰ ਸਕਦੇ ਆ, ਫਲਾਣੇ ਡਿਪਾਰਟਮੈਂਟ ਦੀ ਇਨਕੁਆਇਰੀ, ਤੁਸੀਂ ਆਹ ਨਹੀਂ ਪੂਰਾ ਕੀਤਾ, ਆਹ ਨਹੀਂ ਪੂਰਾ ਕੀਤਾ, ਜਦੋਂ ਉਹ ਅੱਕਿਆ ਹੀ ਬਾਹਰ ਆਇਆ ਹੋਊਗਾ। ਹੁਣ ਬਾਹਰ ਬਾਕੀ ਹੁਣ ਸਰਕਾਰ ਕੋਲੇ 100 ਤਰ੍ਹਾਂ ਦੇ ਹਥਕੰਡੇ ਹੁੰਦੇ, ਚਾਹੇ ਕੁਲਚੇ ਵਾਲੇ ਨੂੰ ਮਨਾ ਲੈਣ, ਚਾਹੇ ਵਪਾਰੀ ਨੂੰ ਦੁਬਾਰਾ ਉਹ ਮਨਾ ਲੈਣ, ਇਹ ਤਾਂ ਉਹਨਾਂ ਦੇ ਹੱਥ 'ਚ ਹੀ ਹੁੰਦਾ। ਬਾਕੀ ਦੇਖੋ ਕੀ ਬਣਦਾ, ਇਨਕੁਆਇਰੀ ਇਹਦੀ ਲੋੜ ਹੈ ਜੇ ਕੋਈ ਇਹੋ ਜਿਹੀ ਗੱਲ ਹੋਈ ਹੈ ਜੀ। ਤੁਸੀਂ ਪਿਛਲੀਆਂ ਸਰਕਾਰਾਂ ਵੇਲੇ ਵੀ ਇਸ ਤਰੀਕੇ ਸਰਗਰਮ ਸੀ, ਹੁਣ ਵੀ ਸਰਗਰਮ ਹੋ। ਮੈਂ ਤੁਹਾਨੂੰ ਆਖਰੀ ਦੋ ਛੋਟੇ ਛੋਟੇ ਸਵਾਲ ਕਰਾਂਗਾ। ਇਹ ਬਦਲਾਅ ਜਿਹੜਾ ਆਇਆ ਮੌਜੂਦਾ ਸਰਕਾਰ ਦਾ, ਤੁਹਾਨੂੰ ਲੱਗਦਾ ਹੈ ਕਿ ਉਸ ਬਦਲਾਅ ਦੇ ਵਿੱਚ ਸਾਰਿਆਂ ਨਾਲੋਂ ਚੰਗਾ ਕੰਮ ਕੀ ਹੋਇਆ? ਕੀ ਇਹ ਸਰਕਾਰ ਬਾਕੀ ਨਾਲੋਂ ਕੁਛ ਵਧੀਆ ਕਰ ਰਹੀ ਹੈ, ਕੋਈ ਅਜਿਹਾ ਕੰਮ? ਦੇਖੋ ਕਰਨ ਜੀ, ਵਧੀਆ ਤੇ ਐਕਚੁਅਲ ਦੇ ਵਿੱਚ ਹਜੇ ਤੱਕ ਤੇ ਮੈਨੂੰ ਸਮਝ ਨਹੀਂ ਆ ਰਿਹਾ ਵੀ ਵਧੀਆ ਕੀ ਹੋਇਆ। ਦੇਖੋ ਤੁਸੀਂ ਜਿਹੜੀ ਵੀ ਕੋਈ ਇਹਨਾਂ ਦੀ ਕੈਂਪੇਨ ਦੇਖ ਲਓ, ਕੋਈ ਵੀ ਇਹਨਾਂ ਦੀ ਨੌਕਰੀ ਦੇਖ ਲਓ, ਕੋਈ ਵੀ ਜਿਹਦਾ ਕਲੇਮ ਕਰਦੇ, ਕੋਈ ਵੀ ਇਹਨਾਂ ਦੀ ਡਿਜੀਟਲ ਕੈਂਪੇਨ ਦੇਖ ਲਓ, ਕੋਈ ਵੀ ਕਿਸੇ ਵੀ ਤਰੀਕੇ ਦੀ ਕੈਂਪੇਨ ਦੇਖ ਲਓ, ਜਿਵੇਂ ਹੁਣ ਅੱਜ ਕੈਂਪੇਨ ਇਹਨਾਂ ਨੇ ਸ਼ੁਰੂ ਕੀਤੀ ਅਰਦਾਸ ਵਾਲੀ ਕੈਂਪੇਨ ਕਿ ਨਸ਼ਾ ਪੰਜਾਬ ਦੇ ਵਿੱਚ ਖਤਮ ਹੋਵੇ, ਅਸੀਂ ਅਰਦਾਸ ਕਰਨੀ ਹੈ। ਇੱਕ ਸਰਕਾਰ ਪੰਜਾਬ ਦੇ ਵਿੱਚ ਅਰਬਾਂ ਰੁਪਏ ਦਾ ਇਸ਼ਤਿਹਾਰ ਦੇ ਰਹੀ ਹੈ ਕਿ ਆਓ ਅਰਦਾਸ ਕਰੀਏ ਕਿ ਜਿਹੜੀ ਨਸ਼ਾ ਛੁੱਟ ਜਾਵੇ। ਇਹ ਕੋਈ ਗੱਲਾਂ ਨੇ ਜੀ, ਸਰਕਾਰਾਂ ਜੇ ਸਰਕਾਰ ਤੋਂ ਕੰਮ ਨਹੀਂ ਹੋ ਰਹੇ, ਸਰਕਾਰ ਸਰੈਂਡਰ ਕਰ ਗਈ ਤਾਂ ਹੀ ਅਰਦਾਸਾਂ ਤੇ ਆਈ ਨਾ। ਸਰਕਾਰ ਦਾ ਕੰਮ ਕੀ ਹੁੰਦਾ? ਸਰਕਾਰ ਦਾ ਕੰਮ ਹੁੰਦਾ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਜੇ ਕੋਈ ਨਸ਼ਾ ਵੇਚਣਾ ਉਹਨੂੰ ਫੜਨਾ, ਉਹਨੂੰ ਫੜ ਕੇ ਅੰਦਰ ਦੇਣਾ, ਜੇ ਕੋਈ ਡਰੱਗ ਰੈਕਟ ਹੈਗਾ ਉਹਨੂੰ ਰੋਕਣਾ, ਜੇ ਕੋਈ ਗੈਂਗਸਟਰ ਹੈਗਾ ਉਹਨੂੰ ਰੋਕਣਾ, ਉਹਨਾਂ ਨੂੰ ਫੜਨਾ, ਤੇ ਹੁਣ ਸਰਕਾਰ ਅਰਦਾਸਾਂ ਕਿਵੇਂ ਕਰ ਲੂ? ਪਹਿਲਾਂ ਭਰੋਸੇ ਦੀ ਗੱਲ ਹੁੰਦੀ ਕਿ ਸਾਡੇ ਤੇ ਭਰੋਸਾ ਕਰਕੇ ਸਾਨੂੰ ਸਰਕਾਰ ਬਣਾਓ, ਅਸੀਂ ਤੁਹਾਡਾ ਬਦਲਾ ਲਿਆਵਾਂਗੇ। ਹੁਣ ਕਹਿੰਦੇ ਜੀ ਰੱਬ ਨੂੰ ਅਰਦਾਸ ਕਰੋ ਤੇ ਕੀ ਪਤਾ ਨਸ਼ਾ ਛੁੱਟੀ ਜਾਵੇ। ਦੇਖੋ ਇਹ ਇਹ ਸਰਕਾਰ ਦਾ ਇੱਕ ਤਰੀਕੇ ਦਾ ਸਰੈਂਡਰ ਹੈ। ਉਸੇ ਤਰੀਕੇ ਤੁਸੀਂ ਕੋਈ ਵੀ ਕੈਂਪੇਨ ਦੇਖ ਲਓ, ਇੱਧਰ ਪੱਕੇ ਟੀਚਰ ਆਣੀ, ਉਹ ਪੱਕੇ ਐਕਚੁਅਲ ਦੇ ਵਿੱਚ ਹੋਏ ਨਹੀਂ। ਚਾਹੇ ਤੁਸੀਂ ਕਿਸੇ ਵੀ ਤਰੀਕੇ ਦੀ ਕੈਂਪੇਨ ਦੇਖ ਲਓ ਇਹਨਾਂ ਦੀ, ਉਹਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਲੂਪ ਹੋਲ ਜਾਂ ਕੋਈ ਨਾ ਕੋਈ ਘਪਲਾ ਇਹਨਾਂ ਨੇ ਛੱਡਿਆ ਹੀ ਹੁੰਦਾ। ਤੇ ਜਦੋਂ ਕੋਈ ਸੱਚੀਆਂ ਕੁਛ ਕਰਨਗੇ, ਜਦੋਂ ਕੋਈ ਇਹਦੇ ਚ ਕੋਈ ਨਾ ਕੋਈ ਹੋਊਗਾ ਸਿਸਟਮ। ਹੁਣ ਤੁਸੀਂ SYL ਦਾ ਮੁੱਦਾ ਦੇਖ ਲਓ, SYL ਤੇ ਵੀ ਖੇਡਦੀ
ਇਸੇ ਤਰੀਕੇ ਹਰ ਇੱਕ ਤੁਸੀਂ ਏ ਬੀ ਸੀ ਡੀ ਮੈਨੂੰ ਕੋਈ ਰੈਂਡਮ ਮੁੱਦਾ ਦੱਸ ਦਿਓ, ਤੁਹਾਨੂੰ ਮੈਂ ਦੱਸ ਦੂੰਗਾ ਉਹਦੇ 'ਚ ਕੀ ਪ੍ਰੋਬਲਮ ਕੀ ਹੈ। ਅਦਰਵਾਈਜ਼ ਜੇ ਕੋਈ ਚੰਗਾ ਕਰਨਗੇ ਤਾਂ ਸਾਰੇ ਐਪਰੀਸ਼ੀਏਟ ਜ਼ਰੂਰ ਕਰਾਂਗੇ। ਕੋਈ ਇਹੋ ਜਿਹੀ ਕੋਈ ਇਹਨਾਂ ਦਾ ਕੋਈ ਪਰਸਨਲ ਦੁਸ਼ਮਣੀ ਥੋੜ੍ਹੀ ਹੈ, ਅਸੀਂ ਕੋਈ ਭਗਵੰਤ ਮਾਨ ਜੀ ਨਾਲ ਸਾਡਾ ਕੋਈ ਵਟਨ ਦਾ ਰੌਲਾ ਨਹੀਂ ਹੈਗਾ। ਸ਼ਰਾਬ ਨੀਤੀ ਉੱਤੇ ਵਾਰ ਵਾਰ ਆਮ ਆਦਮੀ ਪਾਰਟੀ ਨੂੰ ਘੇਰਿਆ ਜਾਂਦਾ, ਉਹੀ ਸ਼ਰਾਬ ਨੀਤੀ ਪੰਜਾਬ 'ਚ ਵੀ ਲਾਗੂ ਆ। ਇਹ ਵੀ ਕਿਹਾ ਗਿਆ ਕਿ ਉਹੀ ਕਾਰਪੋਰੇਟ ਪਲੇਅਰ ਦਿੱਲੀ ਦੀ ਸ਼ਰਾਬ ਨੀਤੀ ਦੇ ਵਿੱਚ ਜੁੜੇ ਨੇ ਜੋ ਪੰਜਾਬ ਦੀ ਸ਼ਰਾਬ ਐਕਸਾਈਜ਼ ਪਾਲਿਸੀ ਦੇ ਵਿੱਚ ਆਏ। ਇੱਥੇ ਕੀ ਲੱਗਦਾ ਤੁਹਾਨੂੰ, ਸ਼ਰਾਬ ਪਾਲਿਸੀ ਵਾਲਾ ਮਸਲਾ ਕਿੱਥੋਂ ਤੱਕ ਜਾਇਜ਼ ਹੈ ਜੋ ਗ੍ਰਿਫਤਾਰੀਆਂ ਹੋਈਆਂ ਨੇ? ਕਰਨ ਜੀ, ਜਦੋਂ ਸ਼ਰਾਬ ਪਾਲਿਸੀ ਇਹ ਆਈ ਸੀ ਉਦੋਂ ਮੈਂ ਕਈ ਇੰਟਰਵਿਊ ਤੇ ਕਈ ਡਿਬੇਟਸ ਦੇ ਵਿੱਚ ਇਸ ਬਾਰੇ ਦੱਸਿਆ ਸੀ। ਕਈ ਕੰਪਨੀਆਂ ਨੇ ਬ੍ਰੈਂਡਕੋ ਵਰਗੀਆਂ ਜਿਹੜੀਆਂ ਕਿ ਦਿੱਲੀ ਦੇ ਵਿੱਚ ਵੀ ਸੀ ਤੇ ਅਨੰਤ ਵਾਈਨਸ ਇੱਥੇ, ਉਹੀ ਉਹੀ ਕੰਪਨੀਆਂ ਦੇ ਲਈ ਜਿਹੜੀ ਟੇਲਰਡ ਪਾਲਿਸੀ ਬਣਾਈ ਗਈ ਮਨੀਸ਼ ਸਿਸੋਦੀਆ ਦੇ ਘਰੇ ਬੈਠ ਕੇ, ਜਿਹਦੇ ਵਿੱਚ ਆਪਣੇ ਚੀਮਾ ਜੀ ਵੀ ਸੀਗੇ ਤੇ ਕਈ ਆਫਿਸਰ ਵੀ ਸੀਗੇ, ਤੇ ਉਹ ਜਿਹੜੀ ਇੱਕ ਪਾਲਿਸੀ ਬਣਾਈ ਗਈ ਉਹ ਟੇਲਰਡ ਪਾਲਿਸੀ ਬਣਾਈ ਗਈ। ਟੇਲਰਡ ਪਾਲਿਸੀ ਹੁੰਦੀ ਹੈ ਵੀ ਕਿਸੇ ਇੱਕ ਖਾਸ ਬੰਦੇ ਦਾ ਸਮਝ ਕੇ ਉਹਨੂੰ ਫਾਇਦਾ ਦੇ ਦੇਣਾ, ਉਸਦੇ ਹਿਸਾਬ ਨਾਲ ਬਣਾਈ ਗਈ ਕਿ ਫਲਾਣੇ ਬੰਦੇ ਦੇ ਹਿਸਾਬ ਨਾਲ। ਹੁਣ ਮੰਨ ਲਓ ਕਿਸੇ ਕੋਲ ਕੋਈ 50 ਬਾਏ 45 ਗਜ ਦਾ ਪਲਾਟ ਹੈ, ਸਰਕਾਰ ਕਹਿੰਦੇ ਕਿ ਅਸੀਂ ਇੱਕ ਹਸਪਤਾਲ ਬਣਾਉਣਾ 50x45 ਚ ਤੇ ਫਲਾਣੀ ਥਾਂ ਤੇ ਬਣਾਉਣਾ, ਜਿਹਦਾ ਪਲਾਟ ਹੈਗਾ ਉਸ ਨੂੰ ਨਿਗਾਹ ਚ ਰੱਖ ਕੇ ਬੇਸਿਕਲੀ ਇਸੇ ਤਰੀਕੇ ਇਹਨਾਂ ਵਪਾਰੀਆਂ ਨੂੰ ਨਿਗਾਹ ਰੱਖ ਕੇ ਪਾਲਿਸੀ ਬਣਾਈ ਗਈ ਹੈ। ਤੇ ਜਿਹੜੇ ਜਿਹੜੇ ਮਤਲਬ ਉਹ ਵਪਾਰੀਆਂ ਦੇ ਜਿਹੜੇ ਹੋਲਸੇਲ ਦੇ ਰੇਟ ਨੇ ਜਿਹਨੂੰ L1 ਕਹਿੰਦੇ ਆ, ਉਹਦਾ ਪ੍ਰੋਫਿਟ ਸਿੱਧਾ ਡਬਲ ਕਰ ਦਿੱਤਾ ਗਿਆ। ਪਹਿਲਾਂ L1 ਦਾ ਪ੍ਰੋਫਿਟ ਸੀਗਾ 5%, ਉਸ ਤੋਂ ਬਾਅਦ ਸਿੱਧਾ 10 ਕਰ ਦਿੱਤਾ ਗਿਆ। ਤੇ ਇਸ ਤਰੀਕੇ ਨਾਲ ਜਿਹੜੀ ਗੜਬੜੀਆਂ ਨੇ, ਇਹ ਗੜਬੜੀਆਂ ਨੇ ਪੰਜਾਬ ਦੇ ਵਿੱਚ ਵੀ ਸੇਮ ਹੀ, ਪੰਜਾਬ ਦੀ ਜਿਹੜੀ ਪਾਲਿਸੀ ਆ ਉਹ ਦਿੱਲੀ ਦੀ ਤਰ੍ਹਾਂ ਇੱਕ ਕਾਰਬਨ ਕਾਪੀ ਹੈ, ਤੇ ਉਹੀ ਉਹੀ ਕੰਪਨੀਆਂ ਨੇ ਉਸੇ ਤਰੀਕੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਗਿਆ। ਉਸੇ ਤਰੀਕੇ ਮਤਲਬ ਜਿਵੇਂ ਕਿਹਾ ਜਾਂਦਾ ਕਿ ਦਿੱਲੀ ਦੇ ਵਿੱਚ ਪੈਸੇ ਕਮਾ ਕੇ ਪੰਜਾਬ ਦੇ ਵਿੱਚ ਲਾਏ ਗਏ, ਉਹਨੂੰ ਪੰਜਾਬ 'ਚ ਪੈਸੇ ਕਮਾ ਕੇ ਕਿਤੇ ਹੋਰ। ਇਸੇ ਤਰੀਕੇ ਜਿਹੜੀ ED ਤੇ CBI ਨੇ ਗਏ, ਉਹਨਾਂ ਨੇ ਪੰਜਾਬ ਦੇ ਕਈ ਆਫਿਸਰ ਨੂੰ, ਜਿੱਦਾਂ ਵਰੁਣ ਰੂਜਮ ਹੈ ਜਾਂ ਹੋਰ ਕਈ ਆਫਿਸਰ ਨੇ, ਉਹਨਾਂ ਨੂੰ ਨੋਟਿਸ ਵੀ ਕੱਢੇ ਆ ਤੇ ਹੁਣ ਦੁਬਾਰਾ ਵੀ ਕਈ ਉਹਨਾਂ ਨੇ ਹੁਣ ਨੋਟਿਸ ਕੱਢੇ ਆ। ਤੇ ਮੈਨੂੰ ਲੱਗਦਾ ਵੀ ਜਿਵੇਂ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਗੜਬੜੀ ਪਾਈ ਗਈ ਹੈ ਤੇ ਉੱਥੇ ਕਾਰਵਾਈ ਕਰਨ ਲਈ ED ਨੇ ਸੁਪਰੀਮ ਕੋਰਟ 'ਚ ਵੀ ਕਿਹਾ ਕਿ ਅਸੀਂ ਹੁਣ ਦਿੱਲੀ ਸਰਕਾਰ ਨੂੰ, ਜਿਹੜਾ ਆਮ ਆਦਮੀ ਪਾਰਟੀ ਸਰਕਾਰ ਹੈ, ਇਹਨੂੰ ਦੋਸ਼ੀ ਅਸੀਂ ਸਾਬਤ ਕਰਨਾ, ਵੀ ਇਹਦੇ ਬਾਰੇ ਪ੍ਰੂਫ ਕਰਕੇ ਸਾਬਤ ਕਰਨ ਬਾਰੇ ਸੋਚ ਰਹੇ ਹਾਂ। ਉਸੇ ਤਰੀਕੇ ਪੰਜਾਬ 'ਚ ਵੀ ਉਹੀ ਗੜਬੜੀਆਂ ਨਿਕਲ ਰਹੀਆਂ। ਪੰਜਾਬ 'ਚ ਤੁਸੀਂ ਦੇਖੋ ਇਹਨਾਂ ਨੇ ਐਕਸਾਈਜ਼ ਪਾਲਿਸੀ ਜਦੋਂ ਬਣਾਈ ਸੀਗੀ, ਉਦੋਂ ਜਿਹੜੀ ਪਾਲਿਸੀ ਬਣਾਈ ਸੀ, ਜਿਹੜੇ ਉਦੋਂ ਉਸ ਟਾਈਮ ਰੇਟ ਰੱਖੇ ਸੀਗੇ ਸ਼ਰਾਬ ਦੇ, ਉਸ ਨਾਲੋਂ ਕਰੀਬ ਡਬਲ ਕਰ ਦਿੱਤੇ ਆ ਬਿਨਾਂ ਪਾਲਿਸੀ ਚੇਂਜ ਕੀਤੇ। ਹੁਣ ਲੋਕ ਤੇ ਇਹ ਵੀ ਕਹਿੰਦੇ ਆ ਵੀ ਜਿਹੜਾ ਪਿਛਲੇ ਦਰਵਾਜ਼ੇ ਰਾਹੀਂ ਉਹ ਪੈਸਾ ਜਿਹੜਾ ਹੈਗਾ ਉਹ ਨੁਮਾਇੰਦਿਆਂ ਕੋਲ ਜਾ ਰਿਹਾ, ਹੁਣ ਇਹ ਵੀ ਜਾਂਚ ਦਾ ਵਿਸ਼ਾ ਹੈ। ਕਿਉਂਕਿ ਦੇਖੋ ਜੇ ਲੋਕ ਵੀ ਤਾਂ ਹੀ ਕਹਿ ਰਹੇ ਨਾ, ਦੇਖੋ ਪਾਲਿਸੀ ਚੇਂਜ ਨਹੀਂ ਹੋਈ, ਰੇਟ ਡਬਲ ਹੋ ਗਏ ਆਲਮੋਸਟ, ਕਿ ਉਹ ਪੈਸਾ ਕਿਤੇ ਤਾਂ ਜਾ ਹੀ ਰਿਹਾ ਨਾ, ਨਹੀਂ ਤਾਂ ਸਰਕਾਰ ਨੇ ਰੋਕਣਾ ਸੀਗਾ। ਜਿਹੜੀ ਚੀਜ਼ ਜਿਹੜੀ ਪਹਿਲਾਂ 500 ਦੀ ਮਿਲਦੀ ਸੀ ਉਹ 800-900 ਦੀ ਕਰੀਬ ਹੋ ਗਈ ਹੈ, ਜਿਹੜੀ 1000 ਦੀ ਸੀ ਉਹ ਕਰੀਬ 1800-2000 ਦੀ ਹੈ, ਜਿਹੜੀ 2000 ਦੀ ਸੀ ਉਹ 3500-4000 ਦੀ ਹੋ ਗਈ ਹੈ। ਰੇਟ ਵੱਧ ਕੇ ਪਾਲਿਸੀ ਚੇਂਜ ਨਹੀਂ ਹੋਈ ਤੇ ਪੈਸਾ ਕਿੱਥੇ ਜਾ ਰਿਹਾ? ਗੜਬੜੀਆਂ ਹੈਗੀਆਂ ਜੀ ਕਰਨ ਜੀ, ਇਹਦੇ ਚ ਕੋਈ ਦੋ ਰਾਏ ਨਹੀਂ। ਆਪਾਂ ਪਾਲਿਸੀ ਤੇ ਕਦੇ ਜਿਹੜੀ ਬਿਲਕੁਲ ਡਿਸਕਸ਼ਨ ਹੈਗੀ ਉਹ ਕਦੇ ਬਿਲਕੁਲ ਰੱਖ ਲਾਂਗੇ, ਕੋਈ ਦਿੱਕਤ ਨਹੀਂ ਇਹਦੇ ਬਾਰੇ, ਮੈਂ ਤੁਹਾਨੂੰ ਦੱਸ ਸਕਦਾ ਹਾਂ ਜੀ। ਧੰਨਵਾਦ ਬਾਈ ਜੀ, ਤੁਸੀਂ ਸਮਾਂ ਕੱਢਿਆ, ਜੁੜੇ ਸਾਡੇ ਨਾਲ, ਵੱਖ ਵੱਖ ਮੁੱਦਿਆਂ ਉੱਤੇ ਚਰਚਾ ਕੀਤੀ, ਬਹੁਤ ਬਹੁਤ ਸ਼ੁਕਰੀਆ ਬਾਈ ਜੀ। ਦਰਸ਼ਕ ਵੀ ਜਿਹੜੇ ਦੇਖ ਰਹੇ ਨੇ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਰੱਖ ਸਕਦੇ ਹੋ। ਬਰਾਊਜ਼ ਡੇਲੀ TV ਦੇਖਦੇ ਰਹੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ।